యేసు కొరలే జాని కా చిట్టియే మేరా యేసు కొరలే జాని ఫలా చిట్టియే హతి జోడ్ కే ఆఖీని సలాం చిట్టియే నియా కీ తెను యాద్ కర్దా ਯਾਦ ਕਰਦਾ ਨੀ ਅੱਖੀ ਤੈਨੂੰ ਯਾਦ ਕਰਦਾ ਮੇਰਾ ਯਸੂ ਕੋਲ ਲੈ ਜਾਨੀ ਸਲਾਮ ਚਿੱਠੀਏ ਹੱਥ ਜੋੜ ਕੇ ਅੱਖੀ ਨੀ ਸਲਾਮ ਚਿੱਠੀਏ ਨੀ ਅੱਖੀ ਤੈਨੂੰ ਯਾਦ ਕਰਦਾ ਨੀ ਅੱਖੀ ਤੈਨੂੰ ਯਾਦ ਕਰਦਾ ਨੋਚ ਨੋਚ ਮਾਤ ਖਾਂਦਾ ਅਬਲੀਸ ਜਿਹੜਾ ਨਾਸਰੀ ਯਸੂ ਦਾ ਸ਼ਰੀਕ ਨੋਚ ਨੋਚ ਮਾਤ ਖਾਂਦਾ ਜਿਹੜਾ ਨਾਸਰੀ ਯਸੂ ਦਾ ਸ਼ਰੀਕ ਜਿਹੜਾ ਨਾਸਰੀ ਯਸੂ ਦਾ ਸ਼ਰੀਕ ਪਾ ਦਿੰਦਾ ਵਿੱਚ ਜ਼ਿੰਦਗੀ ਦੇ ਸ਼ਾਮ ਚਿੱਠੀਏ ਪਾ ਦਿੰਦਾ ਵਿੱਚ ਜ਼ਿੰਦਗੀ ਦੇ ਸ਼ਾਮ ਚਿੱਠੀਏ ਹੱਥ ਜੋੜ ਕੇ ਆਖੀ ਨੀ ਸਲਾਮ ਚਿੱਠੀਏ ਨੀ ਅੱਖੀ ਤੈਨੂੰ ਨੀ ਯਾਦ ਕਰਦਾ ਨੀ ਅੱਖੀ ਤੈਨੂੰ ਯਾਦ ਕਰਦਾ ਯਾਦ ਕਰਦਾ ਨੀ ਅੱਖੀ ਤੈਨੂੰ ਕਰਦਾ ਜ਼ਿੰਦਾ ਖਤ ਮੈਨੂੰ ਯਸ ਤੂੰ ਬਣਾ ਵੀ ਤੂੰ ਮੋਰ ਪਾ ਕੇ ਰੁਦ ਮੱਥੇ ਉੱਤੇ ਲਾਵੇ ਤੂੰ ਜ਼ਿੰਦਾ ਖਤ ਮੈਨੂੰ ਯਸੂ ਵੀ ਬਣਾਵੇ ਤੂੰ ਪਾ ਕੇ ਰੁਦ ਮੱਥੇ ਉੱਤੇ ਲਾਵੇ ਤੂੰ ਮੋਰ ਪਾ ਕੇ ਰੁਦ ਮੱਥੇ ਉੱਤੇ ਲਾਵੇ ਤੂੰ ਅੱਖੀ ਯਸੂ ਨੂੰ ਤੇਰਾ ਇਹ ਗੁਲਾਮ ਛਿੱਟੀਏ ਅੱਖੀ ਯਸੂ ਨੂੰ ਤੂੰ ਤੇਰਾ ਗੁਲਾਮ ਚਿੱਠੀਏ ਹੱਥ ਜੋੜ ਕੇ ਆਖੀ ਨੀ ਸਲਾਮ ਚਿੱਠੀਏ ਨੀ ਅੱਖੀ ਤੈਨੂੰ ਯਾਦ ਕਰਦਾ ਨੀ ਯਾਦ ਕਰਦਾ ਤੈਨੂੰ ਯਾਦ ਕਰਦਾ ਯਾਦ ਕਰਦਾ ਨੀ ਅੱਖੀ ਤੈਨੂੰ ਯਾਦ ਕਰਦਾ ਨੀ ਅੱਖੀ ਤੈਨੂੰ ਯਾਦ ਕਰਦਾ ਮੌਤ ਪੈ ਜਾਂਦੀ ਖੰਭਾ ਰੁੱਖ ਲਾਰ ਕੇ ਆਂਦੀ ਕਈ ਕੇ ਰੂਪ ਤਾਰ ਕੇ ਮੌਤ ਪੈ ਜਾਂਦੀ ਖੰਭਾ ਰੁੱਖ ਲਾਰ ਆਂਦੀ ਕਈ ਕਈ ਰੂਪ ਤਾਰ ਕੇ ਆਂਦੀ ਕਈ ਕਈ ਰੂਪਾਂ ਨੂੰ ਤਾਰ ਕੇ ਕਰ ਦਿੰਦੀ ਹਰ ਸ਼ੈ ਨੂੰ ਤਮਾਮ ਚਿੱਠੀ ਜਿਹੜੀ ਮੌਤ ਦੀ ਚਿੱਠੀ ਆ ਜਾਂਦੀ ਨਾ ਬੰਦੇ ਨੂੰ ਫਿਰ ਸਾਰੀਆਂ ਤਮਾਮ ਚੀਜ਼ਾਂ ਫਿਨਿਸ਼ ਹੋ ਜਾਂਦੀਆਂ ਕਰ ਦਿੰਦੀ ਹਰ ਸ਼ੈ ਨੂੰ ਤਮਾਮ ਚਿੱਠੀਏ ਹੱਥ ਜੋੜ ਕੇ ਆਖੀ ਨੀ ਸਲਾਮ ਚਿੱਠੀਏ ਨੀ ਅੱਖੀ ਤੈਨੂੰ ਯਾਦ ਕਰਦਾ ਨੀ ਯਾਦ ਕਰਦਾ ਨੀ ਅੱਖੀ ਤੈਨੂੰ ਯਾਦ ਕਰਦਾ ਕੀ ਅਸੀਂ ਐਤ ਬੋਲੀਏ ਦੂਜਾ ਗ੍ਰੰਥੀਆਂ ਤਿੰਨ ਦੀ ਪਹਿਲੀ ਹਾਂ ਦੂਸਰਾ ਗ੍ਰੰਥੀਆਂ ਅਸੀਂ ਉਸ ਲਾਈਨ ਵਾਲੀ ਚੱਲੀ 25 ਤਰੀਕ ਨੂੰ ਬੋਲੀ ਸੀ ਪੜ੍ਹੀਏ
ਕਿ ਅਸੀਂ ਫਿਰ ਆਪਣੀ ਨੇਕਨਾਮੀ ਦੱਸਣ ਲੱਗੇ ਹਾਂ ਅਥਵਾ ਕਈਆਂ ਵਾਂਗੂ ਸਾਨੂੰ ਵੀ ਤੁਹਾਡੇ ਕੋਲ ਕਈ ਖੁਦਾ ਚ ਥੋੜ੍ਹੇ ਜਿਹੇ ਅੱਛਾ ਜੀਵਨ ਗੁਜ਼ਾਰਨ ਨਾ ਆਪਣੇ ਨੇਕਨਾਮੀਆਂ ਦੱਸਦੇ ਆ ਪੈਦਾ ਕਰਦੇ ਆਪਣੀ ਨੇਕਨਾਮੀ ਆਪਣੇ ਆਪ ਨੂੰ ਦੱਸਣਾ ਚਾਹੁੰਦੇ ਆ ਕਿ ਮੈਂ ਕੌਣ ਹਾਂ ਕਿ ਅਸੀਂ ਆਪਣੀ ਨੇਕਨਾਮੀ ਦੱਸੀਏ ਪਰਮੇਸ਼ੁਰ ਦਾ ਕੰਮ ਕਰਕੇ ਕਿ ਮੈਂ ਰੱਬ ਦਾ ਕੰਮ ਕਰਦਾ ਕਈ ਵਾਰੀ ਬਹੁਤ ਆਪਣੇ ਆਪ ਨੂੰ ਪ੍ਰਗਟ ਕਰਦੇ ਉਹਨੇ ਇਹ ਗੱਲ ਕਰਨੀ ਪਈ ਗ੍ਰੰਥੀਆਂ ਦੇ ਖਤ ਨੂੰ ਗ੍ਰੰਥੀਆਂ ਦੇ ਖਤ ਨੂੰ ਕਿਉਂ ਲਿਖਣਾ ਪਿਆ ਗ੍ਰੰਥੀਆਂ ਦੇ ਖਤ ਵਿੱਚ ਜਿਹੜੇ ਕੁਛ ਅਗਵੇ ਸੀ ਮੋਹਰੇ ਕੰਮ ਕਰਨ ਵਾਲੇ ਉਹ ਦੱਸਣਾ ਚਾਹੁੰਦੇ ਸੀ ਉਹਨੂੰ ਦੱਸ ਰਿਹਾ ਕਿ ਤੁਸੀਂ ਆਪਣੀ ਆਪਣੇ ਆਪ ਨੂੰ ਪ੍ਰਗਟ ਨਾ ਕਰੋ ਨੇਕਨਾਮੀ ਅਨਸੋ ਤੇਰੇ ਕੰਮ ਦਾ ਪ੍ਰਤੀਫਲ ਤੈਨੂੰ ਤੇਰਾ ਪਰਮੇਸ਼ੁਰ ਦੇਵੇਗਾ ਬਾਈਬਲ ਦਾ ਕਹਿੰਦੀ ਗ੍ਰੰਥੀਆਂ ਦੀ ਕਲੀਸਿਆ 'ਚ ਇਹ ਪਰੇਸ਼ਾਨੀ ਹੈ ਕਿ ਨੇਕਨਾਮੀ ਦੱਸੀਏ ਉਹਨਾਂ ਨੂੰ ਵੀ ਉਹਨਾਂ ਨੂੰ ਖੱਤ ਲਿਖਿਆ ਔਰ ਕੀ ਲਿਖਿਆ ਜਾਂ ਤੁਹਾਡੀ ਵੱਲੋਂ ਨੇਕਨਾਮੀ ਦੀਆਂ ਚਿੱਠੀਆਂ ਦੀ ਲੋੜ ਹੈ ਕੀ ਤੁਹਾਡੇ ਤੁਸੀਂ ਬਹੁਤ ਅੱਛੇ ਕੰਮ ਕਰਦੇ ਹੋ ਕਿ ਤੁਹਾਡੀ ਕੋਈ ਚਿੱਠੀ ਲਿਖ ਦੇਵੇ ਬੰਦਾ ਬਹੁਤ ਅੱਛਾ ਹੈ ਨਾ ਉਹਦੀ ਤਾਰੀਫ ਕਰੀਏ ਉਹ ਬਹੁਤ ਚਰਚ ਵਿੱਚ ਅੱਗੇ ਹੋ ਕੇ ਭਾਗ ਲੈ ਰਿਹਾ ਅਤੇ ਉਹ ਕਵੇ ਨੇ ਬੜੇ ਬਰਤਨ ਧੋਤੇ ਨੇ ਬੜੇ ਖਣਵੇਂ ਉਹਦੀ ਕਹਿਣ ਦੀ ਲੋੜ ਨਹੀਂ ਆ ਅਸਮਾਨ ਤੋਂ ਤੇਰੇ ਪਰਮੇਸ਼ੁਰ ਨੇ ਤੈਨੂੰ ਦੇਖਿਆ ਜਿਹੜੇ ਤੇਰੇ ਪੈਰ ਗਿੱਲੇ ਸੀ ਤੇਰੇ ਬੂਟ ਗਿੱਲੇ ਸੀ ਇੱਥੇ ਤੱਕ ਲੋਕਾਂ ਦੇ ਕੱਪੜੇ ਜਿਹੜੇ ਆ ਉਹ ਮੈਂ ਦੇਖਿਆ ਗਿੱਲੇ ਹੋ ਜਾਂਦੇ ਆ ਜਿਹਦੇ ਉੱਤੇ ਬਰਤਨ ਧੋਂਦੇ ਆ ਕਿ ਉਹਦੀ ਅਸੀਂ ਨੇਕਨਾਮੀ ਕਰੀਏ ਕਿ ਉਹਦੇ ਬਾਰੇ ਕੋਈ ਲੈਟਰ ਪੈਡ ਲਿਖ ਕੇ ਦਈਏ ਕਿ ਤੂੰ ਬਹੁਤ ਬਰਤਨ ਧੋਤੇ ਆ ਬਾਈਬਲ ਕਹਿੰਦੀ ਕਿ ਪਰਮੇਸ਼ੁਰ ਦੀਆਂ ਅੱਖਾਂ ਪੂਰੀ ਧਰਤੀ ਨੂੰ ਕੀ ਕਰਦੀਆਂ ਹਨ ਬੋਲੋ ਕੀ ਕਰਦੀਆਂ ਹਨ ਤੇਰੇ ਬੁਰੇ ਅਤੇ ਭਲੇ ਕੰਮਾਂ ਨੂੰ ਕੀ ਕਰਦੀਆਂ ਹਨ ਉਹ ਤੈਨੂੰ ਅਸਮਾਨ ਤੋਂ ਬਰਕਤ ਦੇਵੇਗਾ ਉਹਨੇ ਸਰਦੀ 'ਚ ਦੇਖਿਆ ਤੂੰ ਕਿੰਨਾ ਕੰਮ ਕੀਤਾ ਹੈਂਜੀ ਇਹ ਵੀ ਦੇਖਿਆ ਜਿੰਨਾ ਖਾਣਾ ਨਹੀਂ ਸੀ ਉਹਨਾਂ ਪਵਾਇਆ ਅਤੇ ਅੱਧਾ ਖਾ ਕੇ ਸੁੱਟ ਦਿੱਤਾ ਇਹਦਾ ਵੀ ਤੇਰਾ ਖੁਦਾ ਨੇ ਲੇਖਾ ਪੁੱਛਣਾ ਕਿਉਂਕਿ ਉਹ ਪ੍ਰੇਅਰ ਕੀਤਾ ਹੋਇਆ ਖਾਣਾ ਸੀ ਉਹ ਖਾਣੇ ਨੂੰ ਤੂੰ ਕੀ ਕਰ ਦਿੱਤਾ ਬੋਲੋ ਦੁਆ ਕੀਤੇ ਖਾਣੇ ਨੂੰ ਨਾਲੀਆਂ 'ਚ ਰੋੜਿਆ ਇਹਦਾ ਵੀ ਖੁਦਾ ਤੇਰਾ ਹਿਸਾਬ ਪੁੱਛੇਗਾ ਬਾਈਬਲ ਕਹਿੰਦੀ ਹੈ ਨਾ ਬਾਈਬਲ ਕਹਿੰਦੀ ਜੋ ਕੁਛ ਧਰਤੀ 'ਤੇ ਤੂੰ ਕਰਦਾ ਤੇਰੀ ਇੱਕ ਇੱਕ ਗੁੱਝੀ ਗੱਲ ਦਾ ਕੀ ਪੁੱਛੇਗਾ ਇਹਦਾ ਲਿਖਿਆ ਹਿਸਾਬ ਪੁੱਛੇਗਾ ਔਰ ਕੀ ਅਸੀਂ ਨੇਕਨਾਮੀ ਦੱਸੀਏ ਕਈ ਲੋਕ ਚਾਹੁੰਦੇ ਆ ਕਿ ਮੇਰਾ ਨਾਮ ਲਿੱਤਾ ਜਾਵੇ ਇਹ ਭਾਈ ਬਹੁਤ ਅੱਛਾ ਆ ਇਹ ਭੈਣ ਜੀ ਨੇ ਇੰਨਾ ਕੰਮ ਕੀਤਾ ਭਾਵੇਂ ਮੈਂ ਕਵਾਂ ਨਾ ਕਵਾਂ ਤੇਰਾ ਇਨਾਮ ਉੱਪਰ ਠਹਿਰਿਆ ਹੋਇਆ ਹੈ ਜਿਹੜੇ ਤੂੰ ਜਾਏਂਗੀ ਜਿਹੜੇ ਜਾਏਂਗਾ ਤੇਰਾ ਖੁਦਾ ਤੇਰੇ ਕੰਮਾਂ ਦਾ ਬਦਲਾ ਯਰਮੀਆ ਕਹਿੰਦਾ ਤੈਨੂੰ ਜ਼ਰੂਰ ਜ਼ਰੂਰ ਦੇਵੇਗਾ ਬਾਈਬਲ ਦਾ ਕਹਿੰਦੀ ਜਿਹਨੇ ਨਹੀਂ ਵੀ ਕੀਤਾ ਉਹਨਾਂ ਨੂੰ ਵੀ ਖੁਦਾ ਦਿਖਾ ਲਏਗਾ ਤੇਰੇ ਲਿਖਤ 'ਚ ਕੁਛ ਵੀ ਨਹੀਂ ਆ ਤੂੰ ਕੁਛ ਵੀ ਨਹੀਂ ਕੀਤਾ ਤੂੰ ਸਿਰਫ ਨੁਕਤੇ ਚੀਨੇ ਕੱਢੇ ਨੁਕਚੀਨੀਆਂ ਕੱਢ ਕੇ ਚਲਾ ਗਿਆ ਹੈਂਜੀ ਪਲੇਟ ਸਾਫ਼ ਨਹੀਂ ਕੀਤੀ ਇਤਿਹਾਸ ਲੱਗਾ ਹੋਇਆ ਸੀ ਤੂੰ ਕਰ ਲਾ ਤੇਰਾ ਵੀ ਕਿਤੇ ਨਾਮ ਆ ਜਾਏ ਲਿਖਤ ਵਿੱਚ ਪੜ੍ਹੀ ਅੱਗੇ ਕੀ ਲਿਖਿਆ ਹਾਂ ਸਾਡੀ ਚਿੱਠੀ ਤੁਸੀਂ ਹੋ ਬੋਲੋ ਪੌਲਸ ਸੋਨੇ ਗੱਲ ਕਹੀ ਅਸੀਂ ਵੀ ਆਪਣੀਆਂ ਨੇਕਨਾਮੀਆਂ ਨਹੀਂ ਜਿਤਾਉਂਦੇ ਮੈਂ ਕੀ ਕਰਦਾ ਹਾਂ ਇਹ ਦੱਸਣ ਦੀ ਲੋੜ ਨਹੀਂ ਕੀ ਕਰਦਾ ਹਾਂ ਖੁਦਾ ਕਹਿੰਦਾ ਤੁਸੀਂ ਕੀ ਆ ਸਾਡੀਆਂ ਕੀ ਆ ਸਾਡੀ ਚਿੱਠੀਆਂ ਤੁਸੀਂ ਕਲੀਸਿਆ ਜਿਹੜੀ ਆ ਉਹ ਪਰਮੇਸ਼ੁਰ ਦੀ ਜਿਉਂਦੀ ਕੀ ਆ ਉਹ ਜਿਉਂਦੀ ਚਿੱਠੀ ਆ ਔਰ ਜਿਹੜੀ ਸਾਡਿਆਂ ਹਿਰਦਿਆਂ ਵਿੱਚ ਲਿਖੀ ਹੋਈ ਹੈ ਜਿਹਨੂੰ ਕਿੱਥੇ ਲਿਖੀ ਹੋਈ ਆ ਹਿਰਦਿਆਂ ਵਿੱਚ ਸਾਡੇ ਦਿਲਾਂ ਵਿੱਚ ਚਿੱਠੀਆਂ ਆ ਤੁਸੀਂ ਇਹ ਚਿੱਠੀਆਂ ਇਹਦਾ ਲਿਖਿਆ ਪੌਲਸ ਕਲੀਸਿਆ ਲਿਖਿਆ ਤੁਸੀਂ ਸਾਡੇ ਦਿਲਾਂ 'ਚ ਰਹਿੰਦੇ ਆ ਹਿਰਦਿਆਂ 'ਚ ਰਹਿੰਦੇ ਆ ਨਾ ਤੁਸੀਂ ਪਰਮੇਸ਼ੁਰ ਦੀ ਜਿਉਂਦੀ ਕੀ ਆ ਚਿੱਠੀਆਂ ਹੋ ਅਤੇ ਦੇਖੀਏ ਲੋਕ ਬਾਈਬਲ ਨਹੀਂ ਪੜ੍ਹਦੇ ਖਿਆਲ ਕਰੀਏ ਲੋਕ ਬਾਈਬਲ ਨਹੀਂ ਪੜ੍ਹਦੇ ਦੁਨੀਆ ਸੰਸਾਰ ਦੇ ਲੋਕ ਜਿਹੜੇ ਚਰਚ ਦੇ ਲੋਕਾਂ ਉਹਨਾਂ ਨੂੰ ਪੜ੍ਹਦੇ ਆ ਤੁਸੀਂ ਜਿਲ੍ਹੇ ਜਾਂਦੇ ਆ ਤੁਸੀਂ ਕੀ ਪਾਉਂਦੇ ਕੀ ਖਾਂਦੇ ਮੇਰੇ ਕੋਲ ਇੱਕ ਬੁੱਕ ਆ ਇੱਕ ਕਿਤਾਬ ਆ ਮੇਰੇ ਕੋਲ ਪਰਮੇਸ਼ੁਰ ਬਹੁਤ ਅੱਛਾ ਭਵਿਸ਼ਕਤਾ ਹੋਇਆ ਬਹੁਤ ਅੱਛਾ ਅਸਲੀ ਭਵਿਸ਼ਕਤਾ ਦੀ ਗੱਲ ਕਰ ਰਿਹਾ ਡੁਪਲੀਕੇਟ ਦੀ ਨਹੀਂ ਅੱਜ ਕੱਲ੍ਹ ਡੁਪਲੀਕੇਟ ਬਹੁਤ ਭਵਿਸ਼ਕਤਾ ਆ ਗਏ ਆ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਪਾਕਰੂ ਪਾਹੇ ਲੋਕ ਡੁਪਲੀਕੇਟਾਂ 'ਤੇ ਵਿਸ਼ਵਾਸ ਕਰਦੇ ਆ ਜਾਂ ਤਾਂ ਉਹਦੇ ਅੰਦਰ ਪੁੱਤਰ ਆਤਮਾ ਡੁਪਲੀਕੇਟ ਆ ਜਿਹੜੇ ਵਿਸ਼ਵਾਸ ਕਰਦੇ ਡੁਪਲੀਕੇਟ 'ਤੇ ਕਿਉਂਕਿ ਅਸਲੀ ਪਵਿੱਤਰ ਆਤਮਾ ਤੈਨੂੰ ਪਰਖ ਦੇਵੇਗਾ ਇਹ ਨਕਲੀ ਕਿ ਜੇ ਅਸਲੀ ਹੋਲੀ ਸਪਿਰਿਟ ਤੇਰੇ ਅੰਦਰ ਆ ਤਾਂ ਤੂੰ ਬੁਰੇ ਭਲੇ ਦੀ ਕੀ ਕਰ ਲਏਗਾ ਅਸਲੀ ਕਿਸੇ ਅੰਦਰ ਪਵਿੱਤਰ ਆਤਮਾ ਆ ਉਹ ਪਹਿਚਾਣ ਕਰੇਗਾ ਬੁਰੇ ਅਤੇ ਭਲੇ ਦੀ ਜਿਹਦੇ ਅੰਦਰ ਅਸਲੀ ਪਵਿੱਤਰ ਆਤਮਾ ਨਹੀਂ ਉਹ ਖਾਦਮ ਦੀ ਪਹਿਚਾਣ ਵੀ ਨਹੀਂ ਕਰਦਾ ਨਬੀ ਦੀ ਪਹਿਚਾਣ ਵੀ ਨਹੀਂ ਕਰੇਗਾ ਉਹ ਕਾਇਲ ਹੋ ਕੇ ਚਲਾ ਜਾਏਗਾ ਇੱਥੋਂ ਲੱਗਦਾ ਕਿ ਇਹਦੇ ਅੰਦਰ ਜਿਹੜਾ ਹੋਲੀ ਸਪਿਰਿਟ ਆ ਉਹ ਅਸਲੀ ਨਹੀਂ ਅਸਲੀ ਪਵਿੱਤਰ ਆਤਮਾ ਅਸਲੀ ਤਸਵੀਰ ਨੂੰ ਬਾਹਰ ਕੱਢ ਕੇ ਲੈ ਕੇ ਆਏਗਾ ਬੋਲੋ ਕਿੰਨੇ ਸਹਿਮਤ ਜਿਹਦੇ ਅਸਲੀ ਪਵਿੱਤਰ ਆਤਮਾ ਆ ਉਹ ਡੁਪਲੀਕੇਟ ਨੂੰ ਕੀ ਕਰ ਲਏਗਾ ਬੋਲੋ ਕੀ ਕਰ ਲਏਗਾ ਪਹਿਚਾਣੇਗਾ ਉਹਨੂੰ ਪਤਾ ਲੱਗ ਜਾਏਗਾ ਝੂਠਾ ਹੈ ਗਲਤ ਹੈ ਅੱਜ ਮੈਂ ਉਹ ਫੋਟੋਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਮੈਂ ਨਾ
ਤਾਂ ਮੈਂ ਬੋਲ ਰਿਹਾ। ਔਰ ਕੀ ਲਿਖਿਆ ਪੜ੍ਹੀਏ, ਜਿਹਨੂੰ ਸਭੇ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ। ਅਸੀਂ ਉਹ ਚਿੱਠੀਆਂ ਹਾਂ, ਲੋਕ ਬਾਈਬਲ ਨਹੀਂ ਪੜ੍ਹਦੇ, ਲੋਕ ਸਾਨੂੰ ਪੜ੍ਹਦੇ। ਬੋਲੋ, ਲੋਕ ਕਿਹਨੂੰ ਪੜ੍ਹਦੇ? ਸਾਨੂੰ ਪੜ੍ਹਦੇ ਆ, ਪੜ੍ਹਦੇ ਆ ਲੋਕ ਸਾਨੂੰ। ਤੁਹਾਨੂੰ ਪੜ੍ਹਦੇ ਲੋਕ, ਤੁਹਾਡੇ ਮੁਹੱਲੇ ਦੇ ਲੋਕ ਤੁਹਾਨੂੰ ਜਾਣਦੇ, ਤੁਸੀਂ ਚਰਚ ਜਾਣਦੇ, ਤੁਸੀਂ ਕੀ ਹੋ, ਜਿੱਥੇ ਤੁਸੀਂ ਔਨ ਡਿਊਟੀ ਜਾਂ ਡਿਊਟੀ 'ਤੇ ਕਰਦੇ ਉੱਥੇ ਵੀ ਤੁਹਾਨੂੰ ਲੋਕ ਜਾਣਦੇ। ਤੁਸੀਂ ਨਾਲ ਦੇ ਕੁਰਸੀ ਵਾਲਾ ਜਾਣਦਾ ਕਿ ਤੇਰਾ ਨੇਚਰ ਕਿੱਦਾਂ ਦਾ ਆ, ਤੂੰ ਕਿਸ ਸੁਭਾਅ ਦਾ ਆਦਮੀ ਹੈ, ਉਹ ਤੈਨੂੰ ਜਾਣਦਾ ਆ। ਰਿਸ਼ਤੇਦਾਰ ਤੱਕ ਵੀ ਤੁਹਾਨੂੰ ਜਾਣਦੇ, ਉਹਦਾ ਚਰਚ ਜਾਂਦੇ ਆ, ਮੰਨਦੇ ਬੜੇ ਕਪੜੀ ਆ। ਅਸੀਂ ਜਿਉਂਦੀਆਂ ਉਹਦੀਆਂ ਕੀ ਹਾਂ, ਲੋਕ ਸਾਨੂੰ ਪੜ੍ਹਦੇ ਆ। ਇਸ ਗੱਲ ਦਾ ਖਿਆਲ ਰੱਖਣਾ, ਮੈਂ ਯਸਮਸ ਨੂੰ ਮੰਨਦਾ, ਮੈਂ ਜਿਹੜੇ ਘਰੋਂ ਨਿਕਲਣਾ ਤਾਂ ਇਹ ਗੱਲ ਖਿਆਲ ਰੱਖਣੀ, ਮੈਨੂੰ ਲੋਕਾਂ ਨੇ ਪੜ੍ਹਨਾ ਆ, ਮੈਨੂੰ ਲੋਕਾਂ ਨੇ ਪੜ੍ਹ ਲੈਣਾ। ਮੈਂ ਦੱਸਦਾ ਤੁਹਾਨੂੰ ਚਾਹੁੰਦਾ, ਲੋਕ ਵੀ ਪੜ੍ਹਦੇ, ਔਰ ਕੌਣ ਪੜ੍ਹਦਾ ਪਤਾ ਤੁਹਾਨੂੰ, ਬਦਰੂਹਾਂ ਵੀ ਪੜ੍ਹ ਲੈਂਦੀਆਂ, ਇਹਦਾ ਲਿਖਿਆ ਹੋਇਆ ਬਾਰੇ 'ਚ ਨਾ। ਤੁਹਾਨੂੰ ਪਤਾ ਜਿਹੜੇ ਰਸੂਲਾਂ ਦੇ ਕਰਤਵਾਸੀ ਪੜ੍ਹਦੇ, ਪ੍ਰੇਰਿਤਾਂ ਦੀ ਪੁਸਤਕ 16:17 ਚੈਪਟਰ ਉੱਥੇ ਲਿਖਿਆ, ਜਿਹੜੇ ਪੌਲਸ ਅਤੇ ਸਿਲਾਸ ਨੂੰ ਜਾ ਰਹੇ ਆ, ਰਸਤੇ ਵਿੱਚ ਇੱਕ ਭੇਤ ਬੁੱਝਣ ਵਾਲੀ ਗੋਲੀ ਮਿਲ ਗਈ, ਉਹਨੇ ਵੀ ਪਛਾਣ ਲਿਆ, ਉਹਨੇ ਵੀ ਪੜ੍ਹਿਆ, ਉਹ ਕਹਿੰਦੇ ਜਿਉਂਦੀ ਚਿੱਠੀ ਜਾ ਰਹੀ ਹੈ। ਇਹਦੇ ਲਿਖਿਆ ਹੈ, ਇਹੀ ਬਾਈਬਲ ਦੀ ਗੱਲ ਆ। ਉਹ ਜਿਉਂਦੀਆਂ ਚਿੱਠੀਆਂ ਨੂੰ ਬਦਰੂ ਨੇ ਪੜ੍ਹ ਲਿਆ, ਦੁਸ਼ਟਾਤਮਾ ਨੇ। ਪਤਾ ਕੀ ਕਹਿੰਦੀਆਂ? ਕਹਿੰਦੀ ਖੁਦਾ ਤਾਲਾ ਦੇ ਬੰਦੇ ਜਾ ਰਹੇ ਆ। ਇਹਦੇ ਲਿਖਿਆ ਭੈਣ ਜੀ, ਪੜ੍ਹੀਏ, ਕਿੰਨੀ 16:16 ਲਿਖਿਆ, 16:16 ਤੁਹਾਡੇ ਪੜੋਸੀ ਵੀ ਦੇਖਦੇ, ਤੁਹਾਨੂੰ ਬਾਜ਼ਾਰ ਦੇ ਲੋਕ ਵੀ ਦੇਖਦੇ, ਸਭ ਤੁਹਾਨੂੰ ਦੇਖਦੇ ਪਏ ਆ। ਇਹ ਤੋਂ ਇਲਾਵਾ ਬਾਈਬਲ ਇਤਿਹਾਸ 9:7 'ਚ ਲਿਖਿਆ, ਇਹ ਕੱਖ ਪੂਰੀ ਦੁਨੀਆਂ ਨੂੰ ਕੀ ਕਰਦੀ ਆ, ਦੇਖਦੀ, ਉਹਦਾ ਨਾਮ ਯਸਮ ਸੀ ਆ। ਲਿਖਿਆ ਉਹ ਬੁਰੇ ਅਤੇ ਭਰੇ ਦੀ ਕੀ ਕਰਦੀ ਆ, ਪਹਿਚਾਣ ਕਰਦੀ, ਕੱਖ ਆ ਇੱਦਾਂ ਦੀ। ਔਰ ਉਹਦੇ ਲਿਖਿਆ, ਉਹ ਜਿਹੜੇ ਬੰਦੀ ਕਰੋ ਸਾਨੂੰ ਜਾ ਰਹੀ ਸੀ, ਔਰ ਇੱਕ ਗੋਲੀ ਸਾਨੂੰ ਮਿਲੀ, ਜਿਹਦੇ ਵਿੱਚ ਭੇਤ ਪੁੱਜਣ ਦੀ ਰੂਹ ਸੀ। ਇਹ ਹੈਗੀ ਭਵਿਸ਼ਕਤਾ, ਦੁਸ਼ਟਾਤਮਾ, ਇਹ ਵੀ ਲੋਕਾਂ ਨੂੰ ਆਉਣੀਆਂ ਗੱਲਾਂ ਕੀ ਕਰ ਦਿੰਦੀ ਆ, ਦੱਸਦੀ ਇਹ ਵੀ। ਅੱਜ ਵੀ ਕਿੰਨੇ ਭਵਿਸ਼ਕਤਾ ਦੇ ਅੰਦਰ ਇਹੀ ਆਤਮਾ ਆ, ਉਹ ਵੀ ਦੱਸਦੇ ਆ। ਹੁਣ ਸਹੀ ਅਭਿਸ਼ਿਕਤ ਬੰਦਾ ਪਹਿਚਾਣੇਗਾ, ਸਹੀ ਪਹਿਚਾਣੇਗਾ, ਜਿਹਦੇ ਅੰਦਰ ਸਹੀ ਹੋਲੀ ਸਪਿਰਿਟ ਆ, ਇੱਕ ਸੈਕਿੰਡ 'ਚ ਪਹਿਚਾਣ ਲਏਗਾ। ਇੱਥੇ ਉਹ ਨਹੀਂ ਹੈ, ਬਾਈਬਲ ਕਹਿੰਦੀ। ਔਰ ਕੀ ਲਿਖਿਆ ਪੜ੍ਹੀਏ, ਅਤੇ ਟੇਵੇ ਲਾ ਕੇ ਉਹ ਆਪਣੇ ਮਾਲਕਾਂ ਲਈ ਬਹੁਤ ਕੁਛ ਕਮਾ ਲਿਆਉਂਦੀ ਸੀ। ਇਹ ਵੀ ਆਉਣ ਵਾਲੀਆਂ ਗੱਲਾਂ ਦੱਸ ਦਿੰਦੀ ਹੈ, ਬਹੁਤ ਕੁਛ ਕਮਾਈ ਦਾ ਸਾਧਨ ਆ, ਇਹਦੇ ਨਾਲ ਇਨਕਮ ਦੇ ਸਾਧਨ ਬਹੁਤਾ, ਵਿਸ਼ਵਾਸ ਨਹੀਂ ਕਰਨਾ, ਬਹੁਤ ਅੱਛੇ ਆ, ਲੋਕ ਜਾਂਦੇ ਆ। ਇੱਕ ਆਦਮੀ ਨੇ ਇੱਥੇ ਪ੍ਰੇਅਰ ਕਰਾਈ, ਉਹਨੂੰ ਕੈਂਸਰ ਸੀ, ਉਹ ਪ੍ਰੇਅਰ ਕਰਾ ਕੇ ਚਲੇ ਗਏ। ਉਹਨੂੰ ਕਿਸੇ ਨੇ ਕਿਹਾ, ਹੁਣ ਤੁਸੀਂ ਨਾ ਬਲਜਿੰਦਰ ਸਿੰਘ ਲੈ ਜਾਓ। ਉਹਨੇ ਕਿਹਾ, ਦਵਾ ਤਾਂ ਕਰਨੀ, 20,000 ਰੁਪਏ ਲੱਗਣ, ਦੇਣ ਦਿੱਤਾ 20,000। ਮੈਂ ਦੱਸਣਾ ਚਾਹੁੰਦਾ, ਇੱਦਾਂ ਦੀਆਂ ਗੱਲਾਂ ਜਿਹੜੇ ਸੁਣਨ ਨੂੰ ਮਿਲਦੀਆਂ, ਮਨ ਉਹ ਫਿਰ ਆਏ ਵਾਪਸ ਮੈਨੂੰ, ਮੈਂ ਕਿਹਾ 20 ਮੈਨੂੰ ਵੀ ਦਿਓ। ਬੋਲੋ, ਜਾਂ ਤੁਸੀਂ 20 'ਤੇ ਵਿਸ਼ਵਾਸ ਕਰਦੇ, ਖੁਦਾ 'ਤੇ ਨਹੀਂ ਕਰਦੇ। ਕਈ ਲੋਕ ਇੱਦਾਂ ਪੈਸੇ ਲੱਗੇ ਉਹਨਾਂ ਨਾ, ਅਤੇ ਆਦਰ ਵੀ ਹੁੰਦਾ ਹੈ, ਇਹ 'ਚ ਕੋਈ ਸ਼ੱਕ ਨਹੀਂ। ਜਿਹੜੇ ਤੁਸੀਂ 10-20 ਲੱਖ ਦੀ ਗੱਡੀ ਲੈਂਦੇ ਨਾ, ਲੈਂਦੇ, ਫਿਰ ਤੁਹਾਨੂੰ ਆਦਰ ਕਰਨਾ ਆਉਂਦਾ, ਫਿਰ ਪਤਾ ਹੁੰਦਾ ਇਹਨੂੰ ਚਿਰੀਟ ਨਾ ਲੱਗੇ, ਇਹਦੀ ਸਫਾਈ ਕਰਨੀ ਆ, ਪੈਸੇ ਲੱਗੇ ਨਾ। ਕਈ ਵਾਰੀ ਫਰੀ ਦੀ ਹੋ ਜਾਏ ਨਾ, ਉਹਦੀ ਰਿਸਪੈਕਟ ਆਦਰ ਵੀ ਨਹੀਂ ਨਾ ਇੰਨਾ ਹੁੰਦਾ, ਉਸ ਚੀਜ਼ ਦਾ ਇੰਨਾ ਆਦਰ ਨਹੀਂ ਹੁੰਦਾ। ਜਿਹੜੀ ਚੰਗਿਆਈ 'ਤੇ ਡਾਕਟਰ ਨੇ ਪੈਸੇ ਲਾ ਕੇ ਹੀਲਿੰਗ ਕੀਤੀ ਹੁੰਦੀ ਨਾ, ਜਿੱਥੇ ਰੁਪਈਆ 5-10-20 ਲੱਖ ਲੱਗਾ ਹੋਵੇ, ਫਿਰ ਖਾਣ ਦਾ ਵੀ ਪਰਹੇਜ ਹੁੰਦਾ ਬੰਦੇ ਦਾ, ਕਹਿੰਦਾ ਨਹੀਂ ਯਾਰ ਇਹ ਨਹੀਂ ਖਾਣਾ, ਮੈਂ ਡਾਕਟਰ ਨੇ ਮਨਾ ਕੀਤਾ ਹੈ। ਡਾਕਟਰ ਦੀ ਗੱਲ ਸੁਣ ਕੇ ਇਨਸਾਨ ਉਹੀ ਹੋਈ ਖਾਂਦਾ ਜਿਹੜਾ ਉਹਨੂੰ ਮਨਾ ਕੀਤਾ ਹੁੰਦਾ ਆ, ਅਤੇ ਉਹ ਨਹੀਂ ਖਾਏਗਾ, ਉਹ ਜਿਹੜੀਆਂ ਚੀਜ਼ਾਂ ਮਨਾ ਉਹ ਕਦੀ ਨਹੀਂ ਖਾ, ਚਾਹੇ ਉਹਦੇ ਮਨ ਨੂੰ ਭਾਉਂਦੀਆਂ ਹੀ ਹੋਣ, ਅੱਛੀਆਂ ਲੱਗਦੀਆਂ ਹੋਣ। ਕਹੇਗਾ ਨਹੀਂ ਯਾਰ, ਡਾਕਟਰ ਨੇ ਮੈਨੂੰ ਮਨਾ ਕੀਤਾ ਆ। ਆ ਸਾਡੇ ਡਾਕਟਰ ਸਾਹਿਬ ਬੈਠੇ ਨਾ, ਇਹ ਹਾਰਟ ਦੇ ਪੇਸ਼ੈਂਟ, ਇਹਨਾਂ ਦਾ ਓਪਨ ਹਾਰਟ ਸਰਜਰੀ ਹੋਈ ਸੀ ਬਹੁਤ ਸਾਲ ਪਹਿਲਾਂ, 15-20 ਸਾਲ ਪਹਿਲਾਂ। ਇਹ ਹੁਣ ਕਦੀ ਵੀ ਜਿਹੜੀਆਂ ਉਹ ਚੀਜ਼ਾਂ ਹਨ ਜਿਹੜੀ ਚਿਕਨ ਹਾਰਟ ਦੀਆਂ, ਇੰਨੀਆਂ ਨਹੀਂ ਖਾ ਸਕਦੇ, ਇਹਨੂੰ ਪਤਾ ਕਿ ਉਹ ਕੀ ਹੋ ਜਾਣਾ। ਆਪਾਂ ਡਾਕਟਰ ਦੀ ਗੱਲ 'ਤੇ ਵਿਸ਼ਵਾਸ ਕਰਦੇ ਅਤੇ ਮੰਨਦੇ ਹਾਂ, ਉਹ ਕਹਿੰਦੇ ਜੇ ਖਾਓਗੇ ਤਾਂ ਤੁਹਾਡਾ ਫਿਰ ਸਿਸਟਮ ਕੀ ਹੋ ਜਾਏਗਾ, ਅਤੇ ਯਸਮ ਸੀ ਵੀ ਕਹਿੰਦਾ ਦੇਖ ਤੂੰ ਚੰਗਾ ਹੋ ਗਿਆ ਹੁਣ ਮੁੜ ਕੇ ਆਪਣੇ ਕੰਮ, ਪਰ ਅਸੀਂ ਕਰਦੇ ਹਾਂ, ਅਸੀਂ ਖੁਦਾ ਦੀ ਗੱਲ ਨੂੰ ਆਊਟ ਕਰ ਦਿੰਦੇ ਹਾਂ, ਪਰ ਡਾਕਟਰ ਦੀ ਗੱਲ ਕਿਉਂ? ਡਾਕਟਰ ਸਾਹਿਬ ਇੱਦਾਂ ਹੀ ਹੈ,
ਹੈ ਜੀ। ਉਹਨੂੰ ਕਹਿੰਦੇ ਤੈਨੂੰ ਬਾਬਾ ਸੀਰਜ ਮਿਰਚਾਂ ਖਾਊਂਗਾ ਅਤੇ ਤੈਨੂੰ ਤਕਲੀਫ ਹੋ ਗਈ। ਉਹ ਕਹਿੰਦਾ ਕਦੀ ਵੀ ਨਹੀਂ ਖਾਣੀ। ਲੋਕ ਇੱਦਾਂ ਕਰਦੇ ਆ ਹੈ ਜੀ। ਬਹੁਤ ਸਾਰੇ ਲੋਕ ਪ੍ਰੇਸ ਕਰਦੇ ਚੀਜ਼ਾਂ ਦੇ ਡਾਕਟਰ ਦੇ ਉੱਤੇ, ਪਰ ਜਿਸ ਗੱਲ ਦਾ ਖੁਦਾ ਕਹਿੰਦਾ ਹੁਣ ਤੂੰ ਚੰਗਾ ਹੋ ਗਿਆ ਮੁੜ ਕੇ ਪਾਪ, ਜਿਹੜੇ ਕੰਮ ਤੈਨੂੰ ਮੈਂ ਕਹਿੰਦਾ ਨਾ ਕਰੀ, ਪਰ ਉਹ ਬੰਦਾ ਕਰਦਾ ਆ। ਇਨਸਾਨ ਪਰਮੇਸ਼ੁਰ ਦੀ ਆਪਣੇ ਪੈਦਾ ਕਰਨ ਦੀ ਗੱਲ ਨਹੀਂ ਮੰਨੇਗਾ ਕਦੀ ਵੀ, ਜਿਹੜੇ ਥੱਲੇ ਲੋਕ ਆ ਉਹਨਾਂ ਦੀ ਮੰਨ ਲੈਂਦਾ, ਉਹਦੀ ਮੰਨਦਾ। ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਥੱਲੇ ਵਾਲੇ ਦੀ ਨਾ ਮੰਨੋ, ਉੱਪਰ ਵਾਲੇ ਦੀ ਮੰਨ ਲਓ, ਸਾਰਾ ਸਰਕਲ ਠੀਕ ਹੋ ਜਾਏਗਾ। ਬਾਈਬਲ ਦੀ ਗੱਲ ਆ। ਔਰ ਕੀ ਲਿਖਿਆ ਪੜ੍ਹੀਏ ਇੱਥੇ ਕੀ ਲਿਖਿਆ। ਸੋ ਪੌਲਸ ਦੇ ਅਤੇ ਸਾਡੇ ਮਗਰ ਆਣ ਕੇ ਹਾਕਾ ਮਾਰ ਦੀ, ਇਹ ਜਿਹੜੀ ਬਦਰੂ ਆ ਹਾਕਾ ਮਾਰ ਮਾਰ ਕਹਿੰਦੀ ਆ, ਕੀ ਕਹਿੰਦੀ, ਜੋ ਇਹ ਲੋਕ ਅਤ ਮਹਾ ਪਰਮੇਸ਼ੁਰ ਦੇ ਦਾਸ ਹਨ। ਇਹ ਚਿੱਠੀ ਪੜ੍ਹ ਲਿੱਤੀ ਗਈ ਬਦਰੂਹਾਂ ਨੇ ਪੜ੍ਹੀ, ਇਹ ਅਤ ਮਹਾਨ ਪਰਮੇਸ਼ੁਰ ਦੇ ਕੀ ਆ ਦਾਸ ਹਨ, ਇਹ ਜਾਣਦੀਆਂ ਨੇ, ਪੜ੍ਹ ਲਿੱਤੀ ਚਿੱਠੀ। ਜਿਉਂਦੀਆਂ ਚਿੱਠੀਆਂ ਦੁਸ਼ਟ ਆਤਮਾ ਪੜ੍ਹ ਲੈਂਦੀਆਂ। ਸਾਨੂੰ ਲੋਕ ਪੜ੍ਹਦੇ, ਸਾਨੂੰ ਬਦਰੂਹਾਂ ਪੜ੍ਹਦੇ ਨਿਕਲਦੇ ਨਾ, ਉਹਨੂੰ ਪਤਾ ਆ ਇਹ ਚਰਚ ਜਾ ਰਹੇ ਆ। ਫਿਰ ਉਹਨੇ ਵਾਧਾ ਪਾਣੀ, ਸਵੇਰੇ ਘਰ ਵਾਲੇ ਨਾਲ ਲੜਾਈ ਕਰਵਾ ਦੇਣੀ, ਕਈ ਵਾਰੀ ਘਰ ਵਾਲੇ ਨਾਲ ਫਸ ਪੈਣਾ, ਅੱਕ ਕੇ ਕਹਿਣਾ ਬਾਈਬਲ ਸਿੱਟ ਦੇਣੀ, ਜਾਂ ਮੈਂ ਜਾਣਾ ਹੀ ਨਹੀਂ ਆਪ ਹੀ। ਬੋਲੋ ਕਿੰਨਾ ਸੱਚ ਆ, ਬੋਲੋ ਸੱਚ ਹੈ ਕਿ ਨਹੀਂ। ਜੇ ਬੰਦਾ ਲੜੂਗਾ ਬੀਵੀ ਲੜੂ, ਜੇ ਬੀਵੀ ਨਹੀਂ ਫਿਰ ਰੁਕਾਵਟਾਂ ਪੈਂਦੀਆਂ ਹੈ, ਇਹ ਵਾਧਾ ਪੈਂਦੀ ਆ। ਘਰ 'ਚੋਂ ਵੀ ਕਈ ਪ੍ਰੋਬਲਮ ਸ਼ੁਰੂ ਹੋ ਜਾਂਦੀ ਸਾਡੇ ਚੱਲਣ ਵੇਲੇ, ਦੁਸ਼ਟ ਆਤਮਾ ਨੂੰ ਪਤਾ ਜਾ ਰਿਹਾ ਮੈਂ ਰੁਕਣਾ ਕਿੱਦਾਂ। ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਛੋਟੀਆਂ ਛੋਟੀਆਂ ਗੱਲਾਂ ਤੁਹਾਨੂੰ ਧਿਆਨ ਦੇਣੀਆਂ ਪੈਣਗੀਆਂ ਕਿ ਕਿੱਧਰ ਦੀ ਘੁੰਮ ਕੇ ਆ ਰਿਹਾ ਉਹ ਦੁਨੀਆਂ ਦਾ ਸਰਦਾਰ, ਤੁਹਾਨੂੰ ਰੋਕਦਾ ਸੰਡੇ ਬੰਦਗੀ ਤੋਂ, ਤਾਂ ਕਿ ਪਤਾ ਨਹੀਂ ਕਿਹੜੀ ਗੱਲ ਤੇਰੇ 'ਚ ਉਦਨ ਕੰਮ ਕਰਨੀ ਸੀ ਜਿੱਦਣ ਤੂੰ ਨਹੀਂ ਆਇਆ। ਕਿੰਨੇ ਤੈਨੂੰ ਆਸ਼ਿਤ ਕਰਨਾ ਸੀ, ਤੇਰੀ ਫੈਮ ਤੇਰਾ ਕਿੱਦਣ ਛੁਟਕਾਰਾ, ਉਦਣ ਤੈਨੂੰ ਰੋਕਣ ਦੀ ਕੋਸ਼ਿਸ਼ ਕਰੇਗਾ। ਇਹ ਬਾਈਬਲ ਦੀ ਗੱਲ, ਇਹਨੇ ਪੜ੍ਹ ਲਿਆ। ਹੋਰ ਕੀ ਕਹਿੰਦੀ ਆ, ਪੜ੍ਹੀਏ। ਇਹ ਲੋਕ ਅਤ ਮਹਾਨ ਪਰਮੇਸ਼ੁਰ ਦੇ ਦਾਸ ਹਨ। ਇਹ ਲੋਕ ਅਤ ਮਹਾਨ ਪਰਮੇਸ਼ੁਰ ਦੇ ਕੀ ਹਨ, ਦਾਸ ਹਨ, ਦਾਸ ਹਨ, ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ। ਇਹ ਆ, ਇਹਨੇ ਪਹਿਚਾਣ ਕਰ ਲਈ, ਇਹ ਆ ਦੁਸ਼ਟ ਆਤਮਾ ਜਿਹੜੀਆਂ ਪਹਿਚਾਣ ਕਰਦੀਆਂ ਪਈਆਂ ਹਨ ਜਿਹੜੇ ਮੁਕਤੀ ਦਾ ਰਾਹ ਦੱਸਦੇ। ਇਹਨੂੰ ਚੇਤੇ ਰੱਖੀਏ, ਮੈਂ ਪਰਮੇਸ਼ੁਰ ਦੀ ਚਿੱਠੀ ਹਾਂ ਅਤੇ ਲੋਕ ਮੈਨੂੰ, ਬੋਲੋ ਬੋਲੋ ਮੂੰਹ ਤੋਂ ਬੋਲੋ, ਮੈਂ ਪ੍ਰਭੂ ਯਿਸੂ ਮਸੀਹ ਦੀ ਕੀ ਹਾਂ, ਬੋਲੋ ਚਿੱਠੀਆਂ ਜੋੜਦੀ ਬੋਲੋ ਨਾ, ਉਦਾਂ ਤਾਂ ਇੰਨਾ ਬੋਲਦੇ ਘਰ ਵਾਲੇ ਅੱਗੇ ਆ ਲੈਂਦੇ ਬੰਦਗੀ ਤੋਂ ਆ ਕੇ ਤੈਨੂੰ ਦੱਸਦੀ ਹਾਂ। ਹਾਂਜੀ ਬੋਲੀਏ, ਮੈਂ ਪਰਮੇਸ਼ੁਰ ਦੀ ਕੀ ਹਾਂ, ਮੈਂ ਪ੍ਰਭੂ ਦੀ ਕੀ ਹਾਂ, ਅਤੇ ਲੋਕ ਮੈਨੂੰ ਕੀ ਕਰਦੇ ਹਨ, ਲੋਕ ਮੈਨੂੰ ਕੀ ਕਰਦੇ ਹਨ, ਮੈਨੂੰ ਪੜ੍ਹਦੇ ਹਨ, ਲੋਕ ਮੈਨੂੰ ਪੜ੍ਹਦੇ ਹਨ। ਜਿਲੇ ਪੜ੍ਹਦੇ ਹਨ ਤਾਂ ਖਾਸਾ ਪ੍ਰਭਾਵ ਪੈਂਦਾ ਜੇ ਚਿੱਠੀ ਵਧੀਆ ਤਰੀਕੇ ਨਾਲ ਆਉਂਦੀ। ਕਈ ਵਾਰੀ ਹੈਂਡਰਾਈਟਿੰਗ ਅੱਛੀ ਨਹੀਂ ਨਾ ਹੁੰਦੀ। ਇੱਥੇ ਵੀ ਕਈ ਲੋਕਾਂ ਨੇ ਜਿਹੜੇ ਛੋਟੇ ਛੋਟੇ ਪਰਚੀਆਂ ਪੱਕ ਜਾਂਦੇ ਨਾ, ਪਤਾ ਹੀ ਨਹੀਂ ਲੱਗਦਾ ਲਿਖਿਆ ਕੀ ਹੈ। ਉੱਥੇ ਮੈਂ ਕਈਆਂ ਦੇ ਪੜ੍ਹ ਵੀ ਲੈਣਾ, ਮੈਂ ਉਹਦਾ ਪਤਾ ਨਹੀਂ ਹੁੰਦਾ ਕੀ ਲਿਖਿਆ। ਮੈਂ ਕਹਿੰਦਾ ਪ੍ਰਭੂ ਮੈਨੂੰ ਤਾਂ ਨਹੀਂ ਪਤਾ, ਪਰ ਤੈਨੂੰ ਸਾਰਾ ਕੁਛ ਹੀ ਪਤਾ, ਕਿਉਂਕਿ ਮੈਨੂੰ ਪਤਾ ਨਹੀਂ। ਉਹ ਲਿਖਿਆ ਹੀ ਦਿੰਦਾ ਕਿ ਮੇਰੇ ਮੈਨੂੰ ਆ ਅੱਗੇ ਪਤਾ ਨਹੀਂ ਕਰ ਪਤਾ ਨਹੀਂ ਕਿਵੇਂ ਕਰਨਾ ਨੂੰ ਲਿਖਦਾ ਕੁਰ ਕਰਨਾ, ਉਹ ਇੱਦਾਂ ਲਿਖਿਆ ਤਾਂ ਮੈਂ ਕਹਿੰਦਾ ਆ ਕੇ ਕਹਿੰਦਾ ਇੱਕ ਦਿਨ ਇਹਨੇ ਪੜ੍ਹੀ ਕਹਿੰਦੀ ਪਤਾ ਨਹੀਂ ਕੀ ਹੈ ਕੀ ਲਿਖਿਆ ਹੈ। ਮੈਂ ਕਿਹਾ ਵੀ ਆਪਾਂ ਨੂੰ ਨਹੀਂ ਪਤਾ ਕੀ ਲਿਖਿਆ, ਪਰ ਇੱਕ ਗੱਲ ਆ ਜਿਹਨੂੰ ਲਿਖੀ ਹੈ ਨਾ, ਬੋਲੋ ਬੋਲੋ ਬੋਲੀਏ ਜ਼ੋਰ ਦੀ ਬੋਲੀਏ, ਉਹਨੂੰ ਪਤਾ ਹੈ ਕੀ ਲਿਖਿਆ। ਲਿਖਿਆ ਉਹ ਤੇਰੇ ਦਿਲ ਦੀਆਂ ਗੱਲਾਂ ਨੂੰ ਕੀ ਕਰਦਾ ਹੈ, ਜਾਣਦਾ ਹੈ। ਇਸ ਕਰਕੇ ਇਹ ਜਿਹੜਾ ਲੈਟਰ ਆ ਇਹ ਜਾ ਰਿਹਾ ਅਤੇ ਬਦਰੂਹਾਂ ਨੇ ਉਹਨੂੰ ਕੀ ਕਰ ਲਿਆ, ਉਹਨੂੰ ਪਛਾਣ ਲਿਆ। ਕਹਿੰਦੇ ਖੁਦਾ ਤਾਲ ਦੇ ਬੰਦੇ ਜਾਂਦੇ ਆ ਜਿਹੜੇ ਮੁਕਤੀ ਦਾ ਕੀ ਦੱਸਦੇ ਆ, ਰਾਹ ਦੱਸਦੇ। ਮੈਂ ਦੂਸਰੀ ਤਸਵੀਰਾਂ ਤੁਹਾਨੂੰ ਇਹ ਦਿਖਾਉਣੀਆਂ, ਤਸਵੀਰਾਂ ਬਾਈਬਲ ਦੀਆਂ, ਲੋਕ ਸਾਨੂੰ ਪੜ੍ਹਦੇ ਹਨ। ਆਪਣਾ ਅਤੇ ਆਪਣੀ ਤਲੀਮ ਦੀ ਕੀ ਕਰਨੀ ਆ, ਰਾਖੀ ਕਰਨੀ ਹੈ। ਯਾਦ ਰੱਖੋ ਰੋਜ਼ ਆਪਣੇ ਜੀਵਨ, ਮੈਨੂੰ ਲੋਕਾਂ ਨੇ ਪੜ੍ਹਨਾ। ਜੇ ਕਿਤੇ ਘਰ ਵਿੱਚ ਕੋਈ ਖਲਾਰਾ ਖਲੋਰਾ ਪੈ ਜਾਏ ਨਾ, ਤਾਂ ਕਿਆ ਕਰੋ, ਡੈਡੀ ਜੀ ਗੁਆਂਢੀ ਸਾਨੂੰ ਪੜ੍ਹਦੇ ਆ, ਬੋਲੋ ਮਹੱਲੇ ਵਾਲੇ ਸਾਨੂੰ ਕੀ ਕਰਦੇ ਆ, ਪੜ੍ਹਦੇ ਆ। ਪਤਾ ਲੱਗ ਜਾਣਾ ਅਸੀਂ ਆਪਣੇ ਪਰਮੇਸ਼ੁਰ ਦੀ ਜਿਉਂਦੀ ਕੀ ਹਾਂ, ਚਿੱਠੀ ਆ। ਲੋਕ ਸਾਨੂੰ ਪੜ੍ਹਦੇ, ਚਰਚ ਜਾਣ ਲੋਕ ਆ, ਭਾਵੇਂ ਆਪ ਉਹ ਕਿਤੇ ਵੀ ਜਾਣ, ਉਹ ਜੋ ਮਰਜ਼ੀ ਗਾਲਾਂ ਕੱਢਣ ਸ਼ਰਾਬਾਂ ਪੀਣ, ਉਹਨਾਂ ਨੂੰ ਨਹੀਂ ਕੋਈ ਮਤਲਬ,
ਪਰ ਜੇ ਮਸੀਹੀ ਇੱਕ ਕੋਈ ਬੰਦਾ ਚਰਚ ਜਾਂਦਾ ਉਹਨੂੰ ਜ਼ਰੂਰ ਕਹਿੰਦੇ, ਉੱਦਾਂ ਇਹ ਚਰਚ ਜਾਂਦੇ ਆ। ਅੱਛਾ ਜੇ ਚਰਚ ਵਾਲਿਆਂ ਨੂੰ ਮਨਾ ਸਾਰਾ ਕੁਝ, ਤਾਂ ਤੁਹਾਨੂੰ ਅਲਾਊਡ ਹੈ, ਤੂੰ ਜੋ ਮਰਜ਼ੀ ਕਰੋ। ਹਮੇਸ਼ਾ ਸ਼ੈਤਾਨ ਦੇ ਵਿੱਚੋਂ ਦੀ ਆ ਕੇ ਉਹਨੇ ਤੁਹਾਨੂੰ ਦਿਖਾਉਣਾ। ਆਪਣਾ ਖਿਆਲ ਰੱਖੋ, ਬਾਈਬਲ ਕਹਿੰਦੀ ਤੁਹਾਡੇ ਭਲੇ ਕੰਮ ਦੇਖ ਕੇ ਤੁਹਾਡੇ ਲੋਕ ਤੁਹਾਡੇ ਪਰਮੇਸ਼ਰ ਦੀ ਕੀ ਕਰਨ, ਮਹਿਮਾ ਕਰਨ। ਬਾਈਬਲ ਇਹ ਕਹਿੰਦੀ ਹੈ। ਇਸ ਕਰਕੇ ਇੱਕ ਸਾਲ ਤੈਨੂੰ ਔਰ ਬਖਸ਼ਿਆ ਆ ਕਿ ਤੂੰ ਇਸ ਸਾਲ ਉਹਨੂੰ ਕੀ ਦਵੇਂ, ਫਲ ਦਵੇਂ। ਅਗਲੇ ਹੁਣ ਤੁਸੀਂ ਇੱਕ ਲਾਈਨ ਹੋਰ ਪੜ੍ਹੀਏ, ਜਿਹੜੀ ਬਾਈਬਲ ਮੈਂ ਤੁਹਾਨੂੰ ਜਿਉਂਦਿਆਂ ਚਿੱਠੀਆਂ ਪੜ੍ਹ ਦਿੰਦਾ। ਆਈਏ ਰਾਜਾਂ ਦੀ ਪੁਸਤਕ, ਦੇਖੀਏ ਸੁਨੇਮ ਦੀ ਔਰਤ ਬਾਰੇ ਕੀ ਲਿਖਿਆ, ਪੜ੍ਹੀਏ। ਦੂਸਰਾ ਰਾਜਾ, ਪੜ੍ਹੀਏ ਪੜ੍ਹੀਏ, ਚਾਰ ਚੈਪਟਰ ਦੀ ਅੱਠ ਹੈ, ਦੂਸਰਾ ਰਾਜਾਂ ਦੀ ਪੁਸਤਕ। ਇੱਕ ਦਿਨ ਐਂ ਹੋਇਆ, ਇੱਕ ਦਿਨ ਇਹ ਹੋਇਆ ਵੀ ਅਲੀਸ਼ਾ ਸੁਨੇਮ ਵੱਲੋਂ ਦੀ ਹੋ ਕੇ ਲੰਘਿਆ। ਅਲੀਸ਼ਾ ਬੁਸ਼ਕਤਾ, ਬੁਸ਼ਕਤਾ ਦੀ ਗੱਲ ਕਰ ਰਿਹਾ ਅੱਜ ਮੈਂ। ਸੁਨੇਮ ਦੀ ਵਲਦੀ ਨਿਕਲਿਆ, ਸੁਨੇਮ ਮੈਨੂੰ ਨਹੀਂ ਪਤਾ ਉਹ ਸ਼ਹਿਰ ਹੈ, ਸ਼ਹਿਰ ਲੱਗਦਾ, ਉੱਥੋਂ ਦੀ ਹੋ ਕੇ ਨਿਕਲਿਆ ਜਿੱਥੇ ਇੱਕ ਮੰਨੀ ਦੰਨੀ ਇਸਤਰੀ ਸੀ। ਹਾਂ, ਉਹਨੇ ਉਸਨੂੰ ਰੋਟੀ ਖਾਣ ਲਈ ਮਜਬੂਰ ਕੀਤਾ। ਔਰ ਫਿਰ ਐਂ ਹੋਇਆ ਕਿ ਜਦ ਕਦੀ ਉਹ ਉੱਧਰੋਂ ਦੀ ਲੰਘਦਾ ਸੀ ਰੋਟੀ ਖਾਣ ਲਈ, ਉੱਧਰ ਮੁੜ ਪੈਂਦਾ ਸੀ। ਹਾਂ, ਤਦ ਉਹਨੇ ਆਪਣੇ ਪਤੀ ਨੂੰ ਆਖਿਆ, ਵੇਖ ਭਈ ਉਹ ਜਿਹੜਾ ਬਹੁਤ ਕਰਕੇ, ਦੇਖ ਇਹ ਜਿਹੜਾ ਸਾਡੇ ਘਰ ਦੀ ਮੁੜ ਦੀ ਨਿਕਲਦਾ, ਇਹਨੂੰ ਮੈਂ ਪੜਿਆ, ਇਹਨੂੰ ਇਹ ਜਿਉਂਦੀ ਚਿੱਠੀ ਆ। ਇਹਨੇ ਕਦੀ ਅੱਖ ਚੱਕ ਕੇ ਵੀ ਇੱਧਰ ਨਹੀਂ ਦੇਖਿਆ ਸਾਡੇ ਘਰ ਵੱਲ। ਮੈਂ ਕਿੰਨੀ ਵਾਰੀ ਹੋ ਸਕਦਾ ਕੱਪੜੇ ਫੋਲਦੀ ਹੋਏਗੀ, ਕਿੰਨੀ ਵਾਰੀ ਬਾਹਰ ਖੜੀ ਗੇਟ 'ਤੇ ਵੀ ਖੜੀ ਹੁੰਦੀ ਦੇਖਦੀ ਹੋਊਗੀ ਰਾਹੀਆਂ ਨੂੰ। ਪਰ ਅਲੀਸ਼ਾ, ਬਾਈਬਲ ਕਹਿੰਦੀ ਨੱਕ ਦੀ ਸਿੱਧ ਨਾ ਜਾਂਦਾ, ਅਤੇ ਨੱਕ ਦੀ ਸਿੱਧ ਨਾ ਉਹਨੇ ਉਹਨੂੰ ਕਦੀ ਅੱਖ ਚੱਕ ਕੇ ਵੀ ਨਹੀਂ ਦੇਖਿਆ। ਇੱਧਰ ਖਿਆਲ ਆ, ਸੁਣਨਾ, ਇਹੀ ਬਾਈਬਲ ਦੀ ਫੋਟੋ ਆ ਸਾਡੀ, ਅਸੀਂ ਚਿੱਠੀਆਂ ਦੀ। ਉਹਨੇ ਉਹਨੂੰ ਪੜ੍ਹ ਲਿਆ, ਕੋਈ ਮੈਰੀਕਲ ਨਹੀਂ ਕੀਤਾ, ਕੋਈ ਭੁਸ਼ਵਾਲੀ ਨਹੀਂ ਕੀਤੀ ਉਹਨੇ, ਕੋਈ ਹੀਲਿੰਗ ਨਹੀਂ ਕੀਤੀ, ਪਰ ਇਹਨੇ ਉਹਦੀ ਫੋਟੋ ਨੂੰ ਕੀ ਕਰ ਲਿਆ, ਇਹਨੇ ਪੜ੍ਹ ਲਿਆ, ਕਿਉਂਕਿ ਉਹਦਾ ਦੇਖਣਾ, ਉੱਠਣਾ, ਬੈਠਣਾ ਬਹੁਤ ਪ੍ਰਭਾਵਿਤ ਸੀ ਉਸ ਲੇਡੀ ਲਈ। ਕਹਿੰਦੀ ਰੋਜ਼ ਇਹ ਕਰਕੇ ਨਿਕਲਦਾ, ਰੋਜ਼। ਉਹਨੇ ਪਛਾਣ ਕੀਤੀ ਕਿ ਹਜ਼ਾਰਾਂ ਲੋਕ ਇੱਥੇ ਜਿਹੜੇ ਨਿਕਲਦੇ ਆ ਤਾਂ ਜ਼ਰੂਰ ਪਾਸਟਰ ਵਿਜੇ ਵਰਗੇ ਦੇਖ ਜਾਂਦੇ ਆ ਕਰਕੇ, ਪਰ ਇਹ ਕਿੱਦਾਂ ਦਾ ਨਬੀ ਆ, ਇਹ ਕਿੱਦਾਂ ਦਾ ਬੰਦਾ, ਨਬੀ ਨਹੀਂ ਕਿਹਾ ਉਹਨੇ, ਕਿੱਦਾਂ ਦਾ ਇੱਕ ਜਨ ਆ, ਇਹਨੇ ਕਦੀ ਵੀ ਨਹੀਂ ਦੇਖਿਆ, ਜ਼ਰੂਰ ਇਹ ਕੋਈ ਪਰਮੇਸ਼ਰ ਦਾ ਕੀ ਲੱਗਦਾ ਆ। ਇੱਦਾਂ ਪੜ੍ਹਦੇ ਲੋਕ ਸਾਨੂੰ, ਪੜ੍ਹਦੇ ਆ ਲੋਕ ਸਾਨੂੰ, ਇਹ ਸੱਚਾਈ ਆ। ਔਰ ਕੀ ਲਿਖਿਆ, ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ, ਪਰਮੇਸ਼ਵਰ ਦਾ ਪਵਿੱਤਰ ਜਨ ਜਾਪਦਾ ਹੈ। ਆਪਣੇ ਘਰ ਨੂੰ ਕਹਿੰਦੀ ਜਿਹੜਾ ਇੱਧਰ ਦੀ ਰੋਜ਼ ਸਾਡੇ, ਮੈਂ ਦੇਖਿਆ ਨਿਕਲਦਾ, ਮੈਨੂੰ ਪਤਾ ਉਹਨੇ ਆਪਣੇ ਹਸਬੈਂਡ ਨੇ ਕਿੰਨੀਆਂ ਗੱਲਾਂ ਕੀਤੀਆਂ ਹੋਣਗੀਆਂ। ਕਹਿੰਦੀ ਕੋਈ ਪਰਮੇਸ਼ਵਰ ਦਾ ਪਵਿੱਤਰ ਜਨ ਲੱਗਦਾ ਹੈ, ਲੱਗਦਾ ਆ। ਉਹਨੇ ਸਹੀ ਇਹਦੇ ਲਈ ਉਹਨੇ ਵਿਚਾਰ ਰੱਖੇ, ਉਹਨੂੰ ਪਤਾ ਲੱਗਾ ਕਿ ਲੱਗਦਾ ਆ। ਕਈ ਵਾਰੀ ਲੱਗਦੇ ਹਨ ਸਾਨੂੰ ਇਹ ਪ੍ਰਭੂ ਦਾ ਕੋਈ ਬੰਦਾ ਲੱਗਦਾ, ਪਰ ਹੁੰਦੇ ਨਹੀਂ। ਲੱਗਦਾ ਹੈ, ਲੱਗਦਾ ਹੈ ਕਿ ਪਾਸਟਰ ਆ, ਪਰ ਹੁੰਦਾ ਨਹੀਂ ਭੈਣ ਭਰਾਓ, ਇਹ ਬਾਈਬਲ ਦੀ ਗੱਲ ਆ। ਲੱਗਦਾ ਹੈ ਪਰ ਹੁੰਦੇ ਨਹੀਂ। ਇੱਕ ਪਰਮੇਸ਼ਰ ਦਾ ਜਨ ਹੀ ਕਹਿਤਾ ਹੁਣ ਮੈਂ, ਹੈ ਨਹੀਂ ਸੀ ਪਰ ਮੇਰੀ ਨਿਗਾਹ 'ਚ ਬਹੁਤ ਅੱਛਾ ਸੀ। ਉਹਦੀਆਂ ਬੜੀਆਂ ਬੜੀਆਂ ਮੀਟਿੰਗਾਂ ਮੈਂ TV 'ਚ ਵੀ ਦੇਖੀਆਂ, ਘੱਟ ਤੋਂ ਘੱਟ ਇੱਕ ਇੱਕ ਲੱਖ ਆਦਮੀ, ਡੇਢ ਲੱਖ ਆਦਮੀ, ਦੋ ਲੱਖ ਆਦਮੀ ਉਹਦੀ ਮੀਟਿੰਗ 'ਚ ਆਉਂਦੇ ਸੀ। ਔਰ ਬਹੁਤ ਤੜਾ ਪ੍ਰਚਾਰਕ, ਉਹਨੇ ਪ੍ਰੇਅਰ ਟਾਵਰ ਵੀ ਖੋਲ੍ਹਿਆ, ਸਭ ਕੁਝ ਖੋਲ੍ਹਿਆ। ਔਰ ਇੱਥੇ ਤੱਕ ਕਿ ਐਕਟਰ ਵੀ ਉਹਦੀ ਮੀਟਿੰਗ 'ਚ ਆਉਂਦੇ ਸੀ, ਬਹੁਤ ਛਾਇਆ ਹੋਇਆ ਸੀ। ਇੱਕ ਦਿਨ ਪੁਲਿਸ ਨੇ ਉਹਦਾ ਪਰਦਾ ਫਾਸ਼ ਕੀਤਾ, ਉਹ ਖੂਨੀ ਸੀ। ਉਹਨੇ ਖੂਨ ਕਰਕੇ ਬੰਦੇ ਨੂੰ ਦਫਨਾਇਆ ਸੀ। ਪੁਲਿਸ ਬਹੁਤ ਲੰਬੇ ਸਮੇਂ ਤੋਂ ਪਿੱਛਾ ਕਰ ਰਹੀ ਸੀ, ਪਰ ਜਿਸ ਦਿਨ ਪਰਦਾ ਫਾਰਸ਼ ਹੈ, ਸਾਰਾ ਪਰੇਡ ਟਾਵਰ ਖਤਮ ਹੋ ਗਿਆ, ਸਾਰਾ ਕੁਛ ਫਿਨਿਸ਼ ਹੋ ਗਿਆ, ਸਭ ਕੁਛ ਫਿਨਿਸ਼। ਪਿਛਲੇ ਦਿਨਾਂ ਦੀ ਗੱਲ ਆ, ਮੇਰੇ ਖਿਆਲ 5-10 ਸਾਲ ਤੋਂ ਗੱਲ, ਉਹ ਹੁਣ ਮੁੜ ਕੇ ਫਿਰ ਨਹੀਂ ਕਦੀ ਆਏ। ਵਿੱਚ ਸ਼ਾਂਬਾ ਕਹਿ ਸਕਦੇ ਸ਼ੋਲੇ ਫਿਲਮ ਵਾਲਾ, ਉਹ ਵੀ ਉੱਥੇ ਟੈਸਟਮਨੀ ਦੇ ਰਿਹਾ। ਜੌਨੀ ਲਿਵਰ ਵੀ ਉੱਥੇ ਨੇ, ਹੈਂਜੀ। ਔਰ ਵੀ ਐਕਟਰ ਇੱਕ ਵਾਰੀ ਮੈਂ ਦੇਖੇ, ਉਹਦੇ ਬੜੇ ਉੱਤੇ ਮੰਚ 'ਤੇ ਹਜ਼ਾਰਾਂ ਲੋਕ ਨੇ, ਔਰ ਯਸੂ ਮਸੀਹ ਦਾ ਬੜਾ ਦਿਲ ਨਾਲ ਪ੍ਰਚਾਰ ਕਰ ਰਿਹਾ।
लेकिन अज उहदा नाम नहीं, उहदा प्रेयर टावर सब फिनिश हो गया। असीं भी जल्दी विश्वास कर लैंदे पर असीं भीड़ देखदे ना, बड़ी तगड़ी भीड़ आ। भीड़ करके थोड़ी उह परमेशर जाना। बाइबल कहिंदी उहदे फलां तों जाणोगे उह कौण आ। मत्ती दे सुसमाचार च लिखिआ उहदे फलां तों पछाणो फल कित्थे आ। पुत्र आत्मा उह कातल निकलिआ ते इस वक्त जेल विच आ। ਇਹ ਮੈਂ ਤੁਹਾਨੂੰ ਦੱਸ ਰਿਹਾ ਹਾਂ। ਇੱਦਾਂ ਹੋਰ ਵੀ ਕਿੰਨੇ ਲੋਕ ਦੂਜੇ ਸ਼ਹਿਰ ਤੋਂ, ਇੱਕ ਆਦਮੀ ਇੱਥੇ ਆਇਆ ਨੰਗਲ ਸ਼ਾਮਾ, ਕਿਉਂਕਿ ਨੰਗਲ ਸ਼ਾਮਾ ਦੇ ਲੋਕ ਵੀ ਜਿਹੜੇ ਬੜੇ ਕਮਜ਼ੋਰ ਆ ਉਹ ਜਲਦੀ ਵਿਸ਼ਵਾਸ ਕਰ ਲੈਂਦੇ ਆ। ਨੰਗਲ ਸ਼ਾਮਾ ਪਿੰਡ ਦੇ ਲੋਕ ਬੜੇ ਕਮਜ਼ੋਰ ਆ ਵਿਸ਼ਵਾਸ 'ਚ। ਆਇਆ ਉਸ ਬੰਦੇ ਨੇ ਵੀ ਖੂਨ ਕੀਤਾ ਹੋਇਆ ਸੀ, ਇੱਕ ਔਰਤ ਨੂੰ ਮਾਰ ਕੇ ਦਫਨਾ ਕੇ ਆਇਆ ਸੀ। ਉਹ ਵੀ ਮੀਟਿੰਗ ਕਰ ਰਿਹਾ ਸੀ। ਅਖੀਰ ਗੌਰਮੈਂਟ ਨੇ ਫੜ ਲਿਆ ਉਹਨੂੰ, ਸਰਕਾਰ ਨੇ, ਉਹ ਵੀ ਜੇਲ੍ਹ ਵਿੱਚ। ਤੁਸੀਂ ਕੀ ਵਿਸ਼ਵਾਸ ਕਰਦੇ ਕਿ ਹਰ ਇੱਕ ਬਾਈਬਲ ਨੂੰ ਚੱਕਣ ਵਾਲਾ ਜਨ ਖੁਦਾ ਦਾ ਜਨ ਹੁੰਦਾ? ਬਾਈਬਲ ਤਾਂ ਇਹ ਕਹਿੰਦੀ ਹਰ ਇੱਕ ਆਤਮਾ 'ਤੇ ਵਿਸ਼ਵਾਸ ਨਾ ਕਰੋ, ਆਤਮਾ ਨੂੰ ਕੀ ਕਰੋ। ਪਰ ਤੁਸੀਂ ਤਾਂ ਮੈਰਿਕ ਚਮਤਕਾਰ ਦੇਖਦੇ ਹਾਂ, ਭਵਿੱਖਬਾਣੀ ਦੇਖਦੇ, ਇੱਕਦਮ ਕਾਇਲ ਹੋ ਜਾਂਦੇ। ਮੈਂ ਤਾਂ ਬੜੇ ਬੜੇ ਬੁਸ਼ਤਾ ਜ਼ਿਲ੍ਹਾ ਦੇ ਅੰਦਰ ਤੁਹਾਨੂੰ ਦੱਸ ਸਕਦਾ ਕਿਹੜੀ ਸ਼ਕਤੀ ਨਾਲ ਕੰਮ ਕਰਦੇ। ਤੁਸੀਂ ਇਹਦਾ ਖਿਆਲ ਰੱਖੀਏ, ਉਹਨਾਂ ਤੋਂ ਪਹਿਲਾਂ ਪਵਿੱਤਰ ਆਤਮਾ ਜਾ ਚੁੱਕਾ ਹੈ ਉਹਨਾਂ 'ਚੋਂ, ਉਹਨਾਂ ਦੇ ਅੰਦਰ ਦੁਸ਼ਟ ਆਤਮਾ ਦਾ ਪ੍ਰਭਾਵ ਆ ਗਿਆ। ਹੁਣ ਤੁਹਾਨੂੰ ਪਤਾ ਜਿਹੜੇ ਬਾਈਬਲ ਪੜ੍ਹਦੇ ਹਨ ਉਹਨੂੰ ਖਿਆਲ ਰੱਖੀਏ। ਜਿਹੜੇ ਅਸੀਂ ਬਾਈਬਲ ਪੜ੍ਹੋਗੇ ਨਾ, ਸਹੀ ਰੀਤੀ ਨਾਲ ਪਵਿੱਤਰ ਆਤਮਾ ਪਾਹੇ ਬੰਦੇ 'ਤੇ ਦੁਸ਼ਟ ਆਤਮਾ ਆ ਗਿਆ, ਦਾਊਦ ਉੱਤੇ, ਸੋਰੀ ਦਾਊਦ 'ਤੇ ਕਹਿੰਦਾ ਸ਼ੌਲ ਉੱਤੇ, ਸ਼ੌਲ ਉੱਤੇ ਵੀ ਅਭਿਸ਼ੇਕ ਸੀ। ਸ਼ੌਲ ਪਹਿਲਾ ਰਾਜਾ ਸੀ ਮਸਾ ਕੀਤਾ ਹੋਇਆ ਇਸਰਾਇਲ ਦਾ, ਉੱਥੇ ਅਭਿਸ਼ੇਕ ਆ ਗਿਆ। ਔਰ ਬਾਈਬਲ ਕਹਿੰਦੀ ਅਗੰਬਾ ਕਰ ਰਿਹਾ, ਜਿਹਨੂੰ ਤੁਸੀਂ ਲੱਭਦੇ ਜਾ ਕੇ ਕਿ ਕੌਣ ਅਗੰਬਾ ਕਰਦਾ ਸਾਡੇ ਲਈ, ਕੋਈ ਅਗੰਬਾ ਕਰੇ, ਉਹ ਕਰ ਰਿਹਾ ਸੀ ਅਤੇ ਲੋਕ ਉੱਥੇ ਵਿਸ਼ਵਾਸ ਕਰ ਰਹੇ ਸੀ। ਜਿਹੜੇ ਲੋਕ ਨਿਕਲ ਕੇ ਐਸੇ ਮਿਸ਼ਰ 'ਚੋਂ ਵਿਸ਼ਵਾਸ ਕਰਦੇ ਸੀ ਕਿ ਉੱਥੇ ਬਾਈਬਲ ਕਹਿੰਦੀ ਉਹ ਦੁਸ਼ਟ ਆਤਮਾ ਉੱਤੇ ਆਇਆ ਅਗੰਬਾ 'ਚ ਰਿਹਾ, ਜਿਹਨੂੰ ਤੁਸੀਂ ਵਿਸ਼ਵਾਸ ਨਹੀਂ ਕਰਨੇ ਹਨ, ਸੱਚੀ ਝੂਠੀ ਵੀ ਨਹੀਂ। ਕਿਵੇਂ ਪਹਿਚਾਣ ਕਰੋਗੇ? ਅਸੀਂ ਉਹ ਚਿੱਠੀਆਂ ਹਾਂ, ਪੜ੍ਹਿਆ ਕਰੋ, ਪੜ੍ਹ ਕੇ ਫਿਰ ਵਿਸ਼ਵਾਸ ਕਰੋ ਲਿਖਿਆ ਕੀ ਆ, ਲਿਖਿਆ ਕੀ ਹੈ। ਅਸੀਂ ਜਿਹੜੇ ਪੈਸੇ ਲੈਂਦੇ ਹਾਂ ਨਾ ਬਾਜ਼ਾਰੋਂ, ਦਿੰਦੇ ਤਾਂ ਲੈਂਦੇ ਹਾਂ, ਸਾਨੂੰ ਕਦੀ ਵੀ ਨਹੀਂ ਪਤਾ ਹੁੰਦਾ ਬੈਂਕ ਤੋਂ ਪੈਸੇ ਲਿੱਤੇ। ਬੈਂਕ ਵਾਲੇ ਕਹੋਗੇ ਨਾ ਉਹ ਨੋਟ ਨੂੰ ਐਂ ਕਰਕੇ ਦੇਖਦੇ ਆ, ਪਰ ਤੁਸੀਂ, ਤੁਹਾਨੂੰ ਦੁਕਾਨ ਵਾਲਾ ਕੋਈ 2000 ਦਾ ਨੋਟ ਦੇਵੇ ਤੁਹਾਨੂੰ ਪਰਚੀ, ਤੁਸੀਂ ਜਿੱਦਾਂ ਹੀ ਲਿੱਤੇ ਤੁਸੀਂ ਕੀ ਪਾ ਲਿੱਤੇ? ਬੋਲੋ ਕਿੱਥੇ ਪਾਲੇ, ਬੋਲੋ ਕਿੱਥੇ ਪਾਲੇ? ਤੁਸੀਂ ਦੇਖਿਆ ਕਦੀ ਅਸਲੀ ਕਿ ਨਕਲੀ? ਆ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਭੇਜੇ, ਤੁਸੀਂ ਕਿੰਨਿਆਂ ਨੇ 10-10 ਦੇ ਨਕਲੀ ਨੋਟ ਦਾਨ 'ਚ ਪਾਤੇ? ਬੋਲੋ ਹਾਲੇਲੂਇਆ, ਪਾਇਆ ਕਰੋ ਤਾਂ ਕਿ ਉਹ ਕੱਢ ਦਿਆ ਕਰਨ। ਉਹ ਮੈਨੂੰ ਲਿਆ ਕੇ ਫੜਾਤੇ ਜੀ ਆਹ ਜਿਹੜੇ ਨੋਟ ਆ 10-10 ਦੇ, ਇਹ ਨਕਲੀ ਆ। ਮੈਂ ਕਿਹਾ ਯਾਰ ਇਹ ਤਾਂ ਪਤਾ ਇਹਨਾਂ ਦਾ ਅਸਲੀ ਅਤੇ ਨਕਲੀ ਦਾ, ਤਿਵੇਂ ਜਿਵੇਂ ਇਹਨਾਂ ਦਾ ਨਹੀਂ ਪਤਾ ਲੱਗਦਾ ਤਿਵੇਂ ਅੱਜ ਕੱਲ੍ਹ ਦੇ ਪਾਸਵਾਨਾਂ ਦਾ ਵੀ ਨਹੀਂ ਪਤਾ ਚੱਲਦਾ ਨਕਲੀ ਕਿਹੜਾ ਅਤੇ ਅਸਲੀ ਕਿਹੜਾ। ਉਹ ਲਿਆ ਕੇ ਮੈਨੂੰ ਵਾਪਸ ਕੀਤੇ, ਕਹਿੰਦੇ ਜੀ ਇਹ ਕਹਿੰਦੇ ਉਹ ਸਾਰੇ ਡੁਪਲੀਕੇਟ ਆ 10-10 ਦੇ। ਤੁਹਾਨੂੰ ਪਤਾ ਹੁਣ ਤੁਹਾਡੇ ਜੇ 'ਚ ਹਾਲੇ ਵੀ ਕਈਆਂ ਦੇ ਨਕਲੀ ਹੈਗੇ ਜਿਹਨੇ ਅੱਜ ਵੀ ਪਾਉਣੇ, ਤਾਂ ਤੁਹਾਨੂੰ ਕੀ ਫਰਕ ਆ, ਜਾਣੇ ਤਾਂ ਉੱਧਰ ਹੀ ਹੈ। ਸੁਣੀਏ ਗੱਲ, ਬਾਈਬਲ ਦੀ ਗੱਲ ਸੁਣੀਏ, ਇਹ ਜਿਹੜੀ ਗੱਲ ਆ ਅੱਜ ਵੀ ਇੱਦਾਂ ਹੀ ਆ। ਲੋਕਾਂ ਨੇ ਬਾਈਬਲ ਰੱਖੀ ਅਤੇ ਅਸਲੀ ਅਤੇ ਨਕਲੀ ਦੀ ਕੋਈ ਪਹਿਚਾਣ ਨਹੀਂ ਹੈ। ਉਹ ਜ਼ਰੂਰ ਐਂ ਕਰਕੇ ਕੀ ਕਰਦੇ ਆ, ਅਸੀਂ 2000 ਦਾ ਸਮਾਨ ਲਿੱਤਾ ਨਹੀਂ, 200 ਦਾ ਲਿੱਤਾ, 1800 ਰੁਪਏ ਆਉਣਾ, ਅਸੀਂ ਕੀ ਕਰਨਾ, ਫੜ ਕੇ ਬੋਲੋ ਕੀ ਕਰਦੇ ਹਾਂ। ਇਹੀ ਮਸੀਹਤ ਵਿੱਚ ਵੀ ਇੱਦਾਂ ਹੀ ਆ। ਜਿਹੜਾ ਆ ਗਿਆ ਕਲਾਮ ਬਹੁਤ ਅੱਛਾ ਸੀ ਪਾਰੀ ਸਾਹਿਬ, ਤੈਨੂੰ ਪਤਾ ਤਾਂ ਬਾਅਦ 'ਚ ਲੱਗਣਾ, ਜਿਹੜਾ ਅੱਛਾ ਲੱਗਦਾ ਨਾ, ਜਿਹੜਾ ਪਹਿਲਾਂ ਕਿਤੇ ਮਾੜਾ ਮੋਟਾ ਤੇਰੇ 'ਤੇ ਹੈਗਾ ਉਹ ਵੀ ਤੇਰੇ 'ਚੋਂ ਜਾਂਦਾ ਰਹਿਣਾ ਹੈ, ਉਹਦੇ ਹੱਥ ਰੱਖਣ ਨਾਲ ਪਤਾ ਤਾਂ ਫੇਰ ਲੱਗਣਾ ਤੈਨੂੰ, ਹਾਲੇ ਤਾਂ ਬਹੁਤ ਅੱਛਾ ਹੈ। ਪੜ੍ਹੀਏ ਕੀ ਲਿਖਿਆ, ਮੈਂ ਵੀ ਗੁਆਚ ਗਿਆ। ਹਾਂ ਪੜ੍ਹੀਏ ਭੈਣ ਜੀ। ਅਸੀਂ ਕੰਧ ਦੇ ਉੱਤੇ ਇੱਕ ਨਿੱਕਾ ਜਿਹਾ ਚੁਬਾਰਾ ਬਣਾਈਏ, ਥੋੜਾ ਜਿਹਾ ਪਿੱਛੇ ਪੜ੍ਹੀਓ ਇੱਕ ਲੈਣ, ਜਿਹੜਾ ਰੋਜ਼ ਆਉਂਦੀ ਕਰਕੇ ਨਿਕਲਦਾ। ਤਦ ਉਹਨੇ ਆਪਣੇ ਪਤੀ ਨੂੰ ਆਖਿਆ, ਵੇਖ ਭਈ ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ ਪਰਮੇਸ਼ਵਰ ਦਾ ਪਵਿੱਤਰ ਜਨ ਜਾਪਦਾ ਹੈ। ਅਸੀਂ ਕੰਧ ਦੇ ਉੱਤੇ ਇੱਕ ਨਿੱਕਾ ਜਿਹਾ ਚੁਬਾਰਾ ਬਣਾਈਏ ਅਤੇ ਉੱਥੇ ਉਸਦੇ ਲਈ ਇੱਕ ਮੰਜਾ
एक मेज एक चौंकी ते एक दवाखी रखिए अते ऐ होवेगा कि जद ओ साडे कोल आवे ता उत्थे रह सकेगा। एक दिन ऐ होया पे उपर उधर आया अते उस चबारे विच जाके उत्थे ही लेटिया। सुनिए यह है पहचान, इन्हें सही पहचान की। मैं सिर्फ तुम टच कराना चाहना, पहचान करनी बहुत जरूरी है, बहुत जरूरी। सुनियारे ने भी दुकान पर देखा बाहर इन्ने अच्छे गुड़ लाए है, वो असली नहीं है, जेड़े हार पाए असली अंदरों जाके कट के लैके आता लोकर के बिचों, जिले कस्टमर आता वो लैके आते अंदरों जाके लैके आते हैं, बाहर सारा माल की है नकली, पर लगता सारा की हो असली आते। यही जिंदगी है, असली असली जड़ा समझ है ना, हुण तुहानू सांदा पता नहीं असली कि नकली, पर उत्थों पता लगता कहते कि अंदरों लैके आए, बाहर सारा असली डिजाइनिंग आ, उपर सोने की चाल चढ़ी हुई आ, जिमें अज विश्वासियों से चढ़ी लगते सारे हालेलुया प्रेज़ द लॉर्ड। जैम सिंह की भाजी छेड़ के देख अंदरों की निकलेगा, बोलो छेड़ के देख अंदरों की निकलेगा। बाइबल शायद कहता फनियर निकलेगा, टच करके पता लगता। यह सुनिए बाइबल की गल की कहती, बाइबल की पहचान पत्र विच लोग सानू पढ़ते हैं, मैनू भी पढ़ते हैं, मैनू भी लोग पढ़ते हैं, कई मैनू ताड़ते रहते हैं कमरे च कौन गया कौन किन्नी देर बैठा, मैनू भी पता होंदा है जी, सारा मैनू पता ही है। फिर कई कई बार आपस गल्लां भी कर लेंदे आ, उन्होंने नहीं पता पर मैनू पता है। बाइबल कहती है अलीशा अपनी कोठरी च सारिया गल्लां की करदा सी, जान दस और लिखा पढ़िए। तद उसने अपने बालके गिहाजी नूं आख्या इस सुनम्मी तीवी नूं सद, तां उसने उन्हूं सद्या ते ओह उसदे अगे खलो गई। उसने बालके नूं कहा पे उन्हूं आख कि वेख तू जो एडे गौ नाल साडी सार लैंदी रही तेरे लिए की कीता जावे। जिले असली पुछेगा ना ते खुदा चमत्कार भी करेगा, असली मैं तेरे लिए की करां। मेरे भैण भराओ ये चिट्ठी पढ़ी अपने हसबैंड ना कली नहीं फैसला ले लिया इन्हें कि घर आया करो साढ़े, बहुत इदा सिस्टम चल रहा है, जे तेरा जीवन साथी हैगा तो उन्हें पुछ। कई बार इदा बहुत लोगों ने खता खादियाँ अपने घर तार के, असली समझ पर नकली निकले। मैं तुम इस करके टच करा रहे कि असं वो जूंदी की हाँ, जूंदी चिट्ठी हाँ असं जी बाइबल की गल। और जी जो करंथियां का खत पढ़ते पे हैं उन्होंने और टच मैं तुम करा चाहना, पढ़ी उस लाइन तीन चैप्टर पढ़ते पे हाँ, इस सिर्फ मैं टच कराने तुम उसका तुम समझ आ जाए असं कौन हाँ। पर तक है पे तुसी मसीह की चिट्ठी हो और जिहड़ी साडी टहल दे राही स्याही नाल नहीं सगों अकाल पुरख दे आत्मा नाल लिखी हुई है। जिहड़ी चिट्ठी यसू मसीह दी आ ओ लिखी गई है अकाल पुरख दे आत्मा नाल, आत्मा नाल आत्मा साडे अंदर होली स्पिरिट है साडे अंदर, ओदे नाल लिखी गई है ते लोग सानू की करदे हन सानू पढ़दे हन। और फिर पत्थर दिया पट्टियां उते नहीं, पत्थर दिया पट्टियां ते नहीं सगो मास रूपी हिरदे उते रूपी हिरदे ते लिखा गया हन। और असी मसीह दे राही परमेश्वर उते अजिहा भरोसा रखते हाँ, ये हाँ। नहीं पे असी आप तो इस जोगे हाँ, आप कई बार अपने आप नूं प्रगट करना आप इस जोगे नहीं है, और जो किसी गल नूं अपनी ही वालों समझिए हाँ सगो साडी योग्यता परमेश्वर वालों है। जे उहदे वचन दे विच रह के जीवांगे ते उहदी योग्यता लिखा किहदे वल्लों आ, परमेश्वर वल्लों, परमेश्वर वल्लों आ योग्यता। कई कुछ अपने आप नूं आप बनना चाहुंदे हन, आप दसना चाहुंदे मैं कुछ हैगा, तैनूं दसण दी लोड़ नहीं, तेरी योग्यता तेरा खुदा दसेगा तू कौन आ। वह तदों दसेगा, कदों दसेगा पता, तेरी चिट्ठी चिट्ठी आ तू जीवनी पढ़ेगा। आइए करंथियां 13 अध्याय उहदी पहली आ विपड़ी की लिखिया जूदी चिट्ठी की तस्वीर की है, जिहड़ा कहिंदा मैं पवित्र आत्मा पाया होली स्पिरिट मैनूं मिलिया
ਉਹਦੇ ਕੰਮ ਹੈ ਨਹੀਂ, ਲੇਕਿਨ ਉਹ ਬੋਲ ਕੇ ਅੰਨੇ ਭਾਸ਼ਾ, ਅੰਨੇ ਭਾਸ਼ਾ ਬੋਲ ਕੇ ਨਹੀਂ ਹੈ ਇਕੱਲਾ। ਬਾਈਬਲ ਕਹਿੰਦੀ ਤੁਸੀਂ ਉਹਨਾਂ ਦੇ ਫਲਾਂ ਤੋਂ ਜਾਣੋਗੇ, ਫਲ ਕੀ ਹੈ ਪੜ੍ਹੀਏ। ਭਾਵੇਂ ਮੈਂ ਮਨੁੱਖਾਂ ਅਤੇ ਸਵਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ, ਭਾਵੇਂ ਵਿਸ਼ਵਾਸੀ ਲੋਕੋ ਅਸੀਂ ਭਾਵੇਂ ਸਵਰਗ ਦੂਤਾਂ ਦੀਆਂ ਬੋਲੀਆਂ ਬੋਲੀਆਂ ਅੰਨੇ ਭਾਸ਼ਾ, ਔਰ ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਹਾਂ ਤਾਂ ਠਣ ਠਣ ਕਰਨ ਵਾਲਾ ਪਿੱਤਰ ਅਥਵਾ ਛਣ ਛਣ ਕਰਨ ਵਾਲੇ ਛੈਣੇ ਬਣਿਆ ਹਾਂ। ਬਾਈਬਲ ਕਹਿੰਦੀ ਦੋ ਗੱਲਾਂ 'ਤੇ ਜ਼ੋਰ ਦਿੱਤਾ, ਮਾਫ ਅਤੇ ਮੁਹੱਬਤ, ਮੁਹੱਬਤ ਔਰ ਮਾਫ ਕਰਨਾ, ਹਾਂਜੀ ਇਹ ਦੋ ਗੱਲਾਂ ਬਾਈਬਲ ਦੀਆਂ ਮੇਨ ਹਨ। ਔਖਾ ਆ, ਦੋਨੋਂ ਔਖੀਆਂ। ਮੈਂ ਤੈਨੂੰ ਪਿਆਰ ਕਰਦਾ ਗੱਲਾਂ ਬਾਤਾਂ ਨਾਲ, ਮੈਂ ਤੈਨੂੰ ਮਾਫ ਕੀਤਾ ਸ਼ਬਦਾਂ ਨਾਲ, ਦਿਲੋਂ ਨਹੀਂ। ਜਿਹੜਾ ਦਿਲੋਂ ਮਾਫ ਕਰਦਾ ਨਾ ਉਹ ਕਦੀ ਕਿਸੇ ਦੀ ਗੱਲ ਵੀ ਨਹੀਂ ਕਰਦਾ, ਫਿਰ ਅਸੀਂ ਚੇਤੇ ਆਉਂਦੇ ਹਾਂ ਮੈਂ ਕਰੋ ਨੇ ਮੈਨੂੰ ਕਿਹਾ ਸੀ ਉਹਨੂੰ ਮੈਂ ਸ਼ਮਾ ਕਰਤਾ, ਉਹਨੂੰ ਇਹ ਕਰਤਾ ਉਹ ਕਰਤਾ। ਜਿਹੜਾ ਇੱਕ ਵਾਰੀ ਅੰਦਰੋਂ ਸਿਸਟਮ ਹੀ ਮੁਕਾਤਾ ਫਿਰ ਦੁਬਾਰਾ ਤੇਰੇ 'ਚੋਂ ਕਿੱਥੋਂ ਨਿਕਲ ਕੇ ਆ ਸਕਦਾ। ਕਈ ਲੋਕਾਂ ਦੇ ਮੈਂ ਸ਼ਮਾ ਕਰਤਾ, ਉਦੋਂ ਮੈਂ ਕਿੰਨੀ ਵਾਰੀ ਸੁਣੂਗਾ ਕਈ ਜਗ੍ਹਾ ਗੱਲ, ਉਹੀ ਗੱਲ, ਹਾਂ ਮੈਂ ਉਹਨੂੰ ਮਾਫ ਤਾਂ ਕਰਤਾ ਸੀ। ਜਿਹਨੇ ਮਾਫ ਕਰਤਾ ਉਹ ਕਦੀ ਗੱਲ ਵੀ ਨਹੀਂ ਕਰਦਾ। ਬਾਈਬਲ ਇੱਦਾਂ ਕਹਿੰਦੀ, ਬਾਈਬਲ ਇੱਦਾਂ ਕਹਿੰਦੀ, ਲਿਖਿਆ ਜੇ ਸ਼ਾਇਦ ਪੁੱਛੋ ਉਹਨੇ ਤੇਰੇ ਪਾਪ ਇੱਦਾਂ ਉਡਾ ਤੇ ਜਿਵੇਂ ਘਟਾ, ਅਤੇ ਉਹਨੂੰ ਬਾਅਦ 'ਚ ਲਿਖੋ ਚੇਤੇ ਵੀ ਤੇਰੇ ਪਾਪ ਨੂੰ ਚੇਤੇ ਵੀ ਨਹੀਂ ਕਰਦਾ ਤੇਰਾ ਪਰਮ ਜਿਹਨੇ ਤੈਨੂੰ ਸ਼ਮਾ ਕੀਤਾ। ਅਤੇ ਅਸੀਂ ਤਾਂ ਫਿਰ ਕਦੀ ਕਦੀ ਕਿਸੇ ਨੂੰ ਸ਼ਮਾ ਕਰਕੇ ਚੇਤੇ ਨੂੰ ਮੈਂ ਉਦੋਂ ਕਦੀ ਮਾਫ਼ ਕੀਤਾ, ਚੇਤੇ ਕਰ। ਇਹਨੂੰ ਸੁਣੀਏ ਇਹ ਬਾਈਬਲ ਕੀ ਕਹਿ ਰਹੀ, ਪੜ੍ਹੀਏ, ਹਾਂ ਪੜ੍ਹੀਏ। ਅਤੇ ਭਾਵੇਂ ਮੈਨੂੰ ਅਗੰਮ ਵਾਕ, ਭਾਵੇਂ ਮੈਂ ਅਗੰਮ ਵਾਕ ਕਰਾਂ ਬੋਲਣਾ ਆਵੇ, ਭਾਵੇਂ ਬੋਲਣਾ ਆ ਜਾਏ, ਅਤੇ ਮੈਂ ਸਾਰਾ ਭੇਤ, ਚਾਹੇ ਸਾਰਾ ਭੇਤ ਮੈਂ ਪ੍ਰਗਟ ਕਰ ਦਵਾਂ, ਅਤੇ ਸਾਰਾ ਗਿਆਨ ਜਾਣਾ, ਹਾਂ ਅਤੇ ਭਾਵੇਂ ਮੈਂ ਪੂਰੀ ਨੇਚਾ ਰੱਖਾਂ, ਅਜਿਹੀ ਪੇ ਪਹਾੜਾਂ ਨੂੰ ਹਟਾ ਦਿਆਂ, ਹੀਲਿੰਗ ਕਰਾਂ, ਆਗਿਆ ਦਵਾਂ, ਸਭ ਕੁਛ ਕਰਾਂ, ਪਰ ਪ੍ਰੇਮ ਨਾ ਰੱਖਾਂ, ਪਰ ਤੇਰੇ 'ਚ ਕਿਸੇ ਲਈ ਪਿਆਰ ਹੀ ਹੈ ਨਹੀਂ, ਮੈਂ ਕੁਝ ਵੀ ਨਹੀਂ, ਕੁਛ ਵੀ ਨਹੀਂ, ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖਵਾਉਣ ਲਈ ਪੁੰਨ ਕਰ ਦਿਆਂ, ਹਾਂ ਅਤੇ ਭਾਵੇਂ ਮੈਂ ਆਪਣਾ ਜੀਵਨ ਸੜਨ ਲਈ ਦੇ ਦਿਆਂ, ਪਰ ਪ੍ਰੇਮ ਨਾ ਰੱਖਾਂ ਤਾਂ ਕੁਝ ਲਾਭ ਨਹੀਂ। ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ, ਪ੍ਰੇਮ ਖੁਣਸ ਨਹੀਂ ਕਰਦਾ, ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂ ਫੂ ਨਹੀਂ ਕਰਦਾ, ਕੁਚਜਿਆਂ ਨਹੀਂ ਕਰਦਾ, ਆਪ ਸਵਾਰਥੀ ਨਹੀਂ, ਚਿੜਦਾ ਨਹੀਂ, ਬੁਰਾ ਨਹੀਂ ਮੰਨਦਾ, ਉਹ ਕੁਧਰਮ ਤੋਂ ਆਨੰਦ ਨਹੀਂ ਹੁੰਦਾ, ਸਗੋਂ ਸੱਚਾਈ ਨਾਲ ਆਨੰਦ ਹੁੰਦਾ ਹੈ, ਸਭ ਕੁਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪ੍ਰਤੀਤ ਕਰਦਾ। ਇੰਨਾ ਜਿਹਦੇ ਨਾਲ ਹੋਲੀ ਸਪਿਰਿਟ ਆ ਉਹ ਬਹੁਤ ਸਾਰੀਆਂ ਗੱਲਾਂ ਬਰਦਾਸ਼ਤ ਕਰ ਸਕਦਾ ਹੈ। ਜਿਹੜਾ ਕਹਿੰਦਾ ਮੇਰੇ ਅੰਦਰ ਪਵਿੱਤਰ ਆਤਮਾ ਆ ਅਤੇ ਬਰਦਾਸ਼ਤ ਦਾ ਉਹ 'ਚ ਮਾਦਾ ਨਹੀਂ ਹੈ, ਉਹਦੇ ਅੰਦਰ ਪਵਿੱਤਰ ਆਤਮਾ ਨਹੀਂ, ਸ਼ੱਕ ਆ, ਕੁਛ ਹੋਰ ਆ, ਡਾਊਟ ਆ, ਉਹਦੇ ਕੁਛ ਹੋਰ ਆ। ਲਿਖਿਆ ਸਭ ਕੁਝ ਸਹਿੰਦਾ, ਚੱਲ ਲੈਂਦਾ, ਕੁਛ ਚੱਜਿਆ ਨਹੀਂ ਕਰਦਾ, ਔਰ ਕੀ ਨਹੀਂ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਔਰ ਸਭ ਕੁਛ ਸਹਿ ਲੈਂਦਾ, ਹਾਂ ਪ੍ਰੇਮ ਕਦੇ ਟਲਦਾ ਨਹੀਂ, ਪਰ ਭਾਵੇਂ ਅਗੰਮ ਵਾਕ ਹੋਣ ਉਹ ਮੁੱਕ ਜਾਣਗੇ, ਭਾਵੇਂ ਜਿਹੜੀਆਂ ਭਵਿਸ਼ਵਾਣੀਆਂ ਸਭ ਖਤਮ ਹੋ ਜਾਣੀਆਂ, ਔਰ ਭਾਵੇਂ ਬੋਲੀਆਂ ਹੋਣ ਉਹ ਜਾਂਦੀਆਂ ਰਹਿਣਗੀਆਂ, ਅੰਨੇ ਪਾਸ਼ਾ ਵੀ ਚਲੀ ਜਾਏਗੀ, ਭਾਵੇਂ ਇਲਮ ਹੋਵੇ, ਇਲਮ ਗਿਆਨ ਵੀ ਚਲਾ ਜਾਏਗਾ, ਉਹ ਮੁੱਕ ਜਾਵੇਗਾ, ਔਰ ਅਸੀਂ ਤਾਂ ਕੁਝ ਕੁਝ ਜਾਣਦੇ ਹਾਂ। ਇੰਨਾ ਕੁਝ ਜਾਣਨ ਵਾਲਾ ਕੀ ਕਹਿੰਦਾ, ਅਸੀਂ ਕੁਝ ਕੁਝ ਜਾਣਦੇ ਹਾਂ। ਅੱਜ ਮਾੜਾ ਜਿਹਾ ਕਿਸੇ ਨੂੰ ਕੁਛ ਕੋਈ ਕਰ ਰਹੇ ਨਾ, ਉਹ ਬਹੁਤ ਫੁੱਲਿਆ ਨਹੀਂ ਸਮਾਉਂਦਾ ਕਿ ਮੈਂ ਪਤਾ ਨਹੀਂ ਕੀ ਹਾਂ, ਉਹ ਕਹਿੰਦਾ ਕੁਝ ਕੁਝ ਮੈਂ ਤਾਂ ਕੁਛ ਕੁਛ ਜਾਣਦਾ, ਏਡਾ ਰੱਬ ਦਾ ਦਾਤ ਜਿਹਦੀਆਂ 13-14 ਪੱਤਰੀਆਂ ਲਿਖੀਆਂ ਹੋਈਆਂ, ਉਹ ਕਹਿੰਦਾ ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਤਾਂ ਥੋੜ੍ਹਾ ਬਹੁਤ ਜਾਣਦਾ, ਉਹਦੀ ਸਹਾਇਤਾ ਨਾਲ ਉਹੀ ਮੈਨੂੰ ਲਈ ਫਿਰਦਾ ਆ। ਜੇ ਕਿਸੇ ਅੰਦਰ ਕੁਛ ਆ ਜਾਏ ਬਾਈ ਦੀ ਵੇ, ਕੁਛ ਪ੍ਰਗਟ ਕਰ ਦੇਵੇ, ਉਹ ਫੁੱਲਿਆ ਨਹੀਂ ਸਮਾਏਗਾ। ਇਹ ਇੱਕ ਵਿਸ਼ਵਾਸੀ ਦੀ ਸਭ ਤੋਂ ਵੱਡੀ ਵੀਕਨੈਸ ਆ, ਉਹਨੂੰ ਚਾਹੀਦਾ ਥੈਂਕਸ ਕਰਨਾ, ਪ੍ਰਭੂ ਜੇ ਤੂੰ ਕਿਤੇ ਮੈਨੂੰ ਇਸਤੇਮਾਲ ਕਰ ਲਾ ਤੇਰਾ ਥੈਂਕ ਯੂ, ਕਿਤੇ ਇਸ ਨਚੀਜ਼ ਨੂੰ, ਇਸ ਨਿਕੰਮੇ ਨੂੰ ਵੀ ਇਸ ਲਾਇਕ ਬਣਾਇਆ, ਇਸ ਯੋਗ ਠਹਿਰਾ ਕੇ ਤੂੰ ਇਸਤੇਮਾਲ ਕੀਤਾ, ਤੇਰਾ ਮੈਂ ਸ਼ੁਕਰ। ਜੇ ਕੋਈ ਭਾਂਡੇ ਧੋਂਦਾ ਖੁਦਾ ਨੇ ਉਹਦੀ ਯੋਗਤਾ ਉਹਦੀ ਦੱਸੇਗਾ, ਖੁਦਾ ਉਹਨੇ ਇਸ ਯੋਗ ਸਮਝਾਇਆ ਤੈਨੂੰ। ਮੇਰੇ ਭੈਣ ਭਰਾਓ, ਜੇ ਬਿਲਕੁਲ ਸਿੰਪਲ ਗੱਲਾਂ ਮੈਂ ਕਰ ਰਿਹਾ ਤੁਹਾਡੇ ਨਾਲ, ਸਿੰਪਲ ਗੱਲਾਂ ਕਰ ਰਿਹਾ ਤੁਹਾਡੇ ਨਾਲ, ਇਹ ਇੱਕ ਵਿਸ਼ਵਾਸੀ ਦੀ ਤਸਵੀਰ ਆ, ਅਤੇ ਵਿਸ਼ਵਾਸੀ ਚੇਤੇ ਰੱਖੇ ਜੇ ਕਰੰਥੀਆਂ 13 ਅਧਿਆਇ ਮੈਂ ਨਹੀਂ ਹਾਂ ਲਿਖਿਆ ਹੋਇਆ ਤਾਂ ਮੈਂ ਜਿਉਂਦੀ ਚਿੱਠੀ ਨਹੀਂ ਹਾਂ। ਇਹ ਜਿਉਂਦੀ ਚਿੱਠੀ ਦੀਆਂ ਨਿਸ਼ਾਨੀਆਂ ਆ, ਇਹ ਅਸੀਂ ਉਹ ਜਿਉਂਦੀਆਂ ਚਿੱਠੀਆਂ ਜਿਹੜੀਆਂ ਇਹ ਪ੍ਰਗਟ ਕਰਾਂਗੀਆਂ।
खून से नहीं करांगे। हाँ कोई बुलाना छड़ता पर मन च खून सा, इसलिए नहीं तू बुला रहे अपने गुआढ़ी रिश्तेदार चर्च में भी कह रही मन च खून स रखी दी है, फिर कहना असं दुआ कर दे, तेरी दुआ नहीं सुनी जानी ना करी, अंदरों पहलों कढ़ तो फिर प्रेयर कर तो फिर सुनी जाएगी। बाइबल भी कहती जे तेरे भरा ना तेरा कोई सिस्टम खराब आ तो प्रेयर उत्थे छड़ दे ते जा कोई पहलों की कर, पहलों उन्हें कर मेल कोई सॉरी ब्रदर मेरे को कह हुई गलत सॉरी माफ मन, फिर दुआ च बैठ फिर तेरी दुआ सुनी जाएगी वरना कांटा वज जाएगा। बाइबल कहती बाइबल तेरा उस सुबह हो तेरे यसू का सी, यसू सी ने गाला खड़ के पत्थर के खज लिखा उन्हें किसी गाल खून से नहीं रखी लिखा यथार्थ पंजाबी लिखा उन्हें क्षमा किया असी वो चिट्ठी बनना जिहड़ा साडा यसू सी से। बाइबल कहती और की लिखा पढ़िए असी तो कुछ कुछ जानते हाँ असी कुछ कुछ जानते हाँ कुछ कुछ अगम वाक बोलते हाँ कभी कितने खुदा प्रगट करते मेरे भैन भराओ तो कभी कभी असी ये एक्चुअली भविष्यता भी आ पर कहना मैं तो थोड़ा बहुत आता कई उत्ते लिखाते अपने पेपर के उत्ते भविष्यता लिखाते जड़े होंगे कभी नहीं लिखाणगे अज तक डिजिट दिना करने कभी लिखाया नहीं भविष्यता कभी नहीं लिखाया सवाल ही नहीं पैदा होता दुनिया का वर्ल्ड का मशहूर भविष्यता उन्होंने कभी नहीं लिखाया भविष्यता दिना करन ब्रदर दिना करन पास्टर भी नहीं कुछ भी नहीं हैं जी प्रेरित भी नहीं कभी लिखाया जबकि सारे वरदाना प्रफुल्लित सी कभी नहीं लिखाया। खुदा नूं इहो जिहे पसंद आ हंबल लोग जिहड़े अपने आप का की करते हैं इनकार करते हैं ये भी उदा का ये पॉलसुल भी कहता मैं कुछ भी नहीं तो थोड़ा बहुत मैं जानता जबकि बाइबल कहती नौ दे नौ वरदाना ना भरपूर सी कहता इतना कुछ कुछ जानते हैं और की लिखिया पर जब संपूर्ण आवे जब संपूर्ण आएगा तद अधूरा मुक जाएगा तद मैं कामल हो जाऊंगा जब खुदा यसू मसीह आएगा हाले मैं अधूरा हाँ एक जगह लिखा मैं अधूरे दिन का जन्म लिता है अधूरे दिन का जन्म लिया मैं हंबलता ही है जेडे लोग यहोजा जीवन जींदे हैं परमेश्वर उन्होंने इस्तेमाल करता तो लोग उन्होंने पढ़ते हैं ये जीवंदियां की है चिट्ठियां तुहानू पता इधर ख्याल करिए सामरी औरत पहलों जीवंदी चिट्ठी नहीं सी जिस दिन उसके जीवन च परिवर्तन आया पहलों लोग उन्हें अच्छा नहीं समझते जिले पिंड गई लोगों ने उन्हें पढ़ लिया पता की कहते कहते हुण तेरी लोड़ नहीं असी उन्हें हुण की कर लिया जान गए उन्हें सामरी औरत पढ़ लिया ये जीवंदी चिट्ठी बन गई है तो जीवंदी चिट्ठी तुसी हो तुहाडे विचों दी मैसेज आना ने जातियां नूं कि तां लोग पाप तो बचणगे तुसी वो चिट्ठी हो जिहड़ी लोकां लोके तुहानूं पढ़नगे ते तुसी उन्हां लई छुटकारे दा कारण बणोगे। ये देखिए जिथे मैं रहना आ कि मेरा किन्ना क लोक मैनूं पढ़दे हन तुहानूं लोकां ने पढ़दे तुहानूं पढ़ना लोकां ने असीं जिहड़े लोग प्रभु नाल संगति करदे आ लोग साडी जिंदगी तों पढ़दे आ सानूं ये कौन आ कहन दी लोड़ ही नहीं तुहाडी बोलचाल तुहाडा बैठना उठना तुहाडा गल करना प्रभावशाली होगा जिस जिन्हों को मैं बाल कटाना है मैं जिन्हों को बाल कटाना उन्हें मैं पढ़ लिया हो पिछले दिन ते बीमार सी बहुत ज़्यादा इत्थे भी आए थे मैंने प्रेयर भी करी कराई सी परमेश्वर धन्यवाद आ मैं हूँ बाग टाण के मैं क्या मास्टर जी पूरी तरह चंगे हो गए हो मेरे गोडी हाथ ला के कहते तुहाडी दया कल इतने मैं दुआ च बैठा से मैं मिलने वास्ते इतने आया सी पता क्यों मैं तो बाल कटाना मेरी उत्थे भी गवाही है मैं आस्ता 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 मेरी तस्वीर उन्होंने अंदर काम कर दी है तो अगे मैं होर तरह बुला हूँ मैं गुरु जी कह के वो मेरे बाल कटने बुला गुरु जी आ गए गुरु जी पिछले दिनों तो बड़े दिन बाद आए हो अफेक्ट पता कदा पिया तेरे बोलन का बोलना गल करना है ना फिर मैं बह के अपने फोन लाता उत्थे मैं इधर देखिए नाले कलाम सुने मेरे बाल कटी जाओ नाले मेरी कटिंग कर दे गए नाले फोन ऑन करता नाले प्रचार सुन दे गए गवाही सुनी कुड़ी की सोनिया की कि किवें कैंसर तो चंगी हो गई कहिंदा मैं हुण तुहाडा कदी कदी प्रोग्राम भी देखता हुंना
ਜਿਹੜੇ ਵਿਹਲਾ ਹੁੰਦਾ ਮੈਂ ਲਾ ਲੈਂਦਾ ਹੁੰਦਾ। ਪਤਾ ਕਿਉਂ? ਜਿਉਂ ਦੀ ਚਿੱਠੀ ਦਾ ਪ੍ਰਭਾਵ ਪੈ ਗਿਆ। ਬੋਲੋ ਹਾਲੇਲੂਇਆ। ਕਿਸੇ ਦਾ ਕਿਸੇ ਦਫ਼ਤਰ 'ਤੇ ਕੋਈ ਨਹੀਂ ਆਇਆ ਦਫ਼ਤਰ ਵਿੱਚੋਂ ਬਚ ਕੇ ਕਿਸੇ ਦੇ। ਜਿੱਦਣ ਤੇਰੇ ਦਫ਼ਤਰ ਵਿੱਚ ਤੇਰਾ ਪ੍ਰਭਾਵ ਪਏਗਾ, ਤੇਰਾ ਨਾਲ ਦਾ ਕਹੇਗਾ ਯਾਰ ਮੈਨੂੰ ਵੀ ਲੈ ਕੇ ਚੱਲ। ਤਸਵੀਰ ਪੁਰਾਣੀ ਹੈ ਨਾ, ਟੈਸਟਮਨੀ ਹਲੇ ਉਹਨੀ ਬਣ ਨਹੀਂ ਰਹੀ। ਕਹੇਗਾ ਤੇਰਾ ਦਫ਼ਤਰ ਵਾਲਾ ਮੈਂ ਤੇਰੇ ਨਾਲ ਜਾਣਾ ਚਾਹੁੰਦਾ। ਇਸ ਕਰਕੇ ਮੇਰੇ ਭੈਣ ਭਰਾਓ, ਜਿਉਂਦੀਆਂ ਚਿੱਠੀਆਂ 'ਤੇ ਖੁਦਾ ਨੇ ਆਸ਼ਾ ਰੱਖੀ ਆ। ਉਹ ਕਹਿੰਦਾ ਤੁਸੀਂ ਮੇਰੀਆਂ ਜਿਉਂਦੀਆਂ ਕੀ ਹੋ? ਲੋਕ ਤੁਹਾਨੂੰ ਕੀ ਕਰਦੇ ਹਨ? ਸਾਮਰੀ ਔਰਤ ਲੋਕਾਂ ਨੇ ਪੜ੍ਹ ਲਿਆ, ਬਾਈਬਲ ਕਹਿੰਦੀ, ਬਾਈਬਲ ਮੈਂ ਨਹੀਂ ਕਹਿੰਦਾ, ਲਿਖਿਆ ਪੂਰਾ ਪਿੰਡ ਹੀ ਉਹਦੇ ਕੀ ਤੁਰ ਪਿਆ, ਸਾਡੇ ਮਗਰ ਤਾਂ ਇੱਕ ਵੀ ਨਹੀਂ ਤੁਰਦਾ। ਚਿੱਠੀ ਕਦੀ ਕਦੀ ਨਾ, ਜਿੱਦਾਂ ਮੈਂ ਕਈ ਲੈਟਰ ਲਿਖਿਆ, ਪਤਾ ਹੀ ਨਹੀਂ ਪੜ੍ਹ ਹੀ ਨਹੀਂ ਹੁੰਦੀ ਕੀ ਆ ਪੇਪਰਾਂ 'ਤੇ ਕੀ ਲਿਖਿਆ ਕੀ ਲਿਖਿਆ। ਮੈਂ ਫਿਰ ਕਹਿੰਦਾ ਪ੍ਰਭੂ ਤੂੰ ਜਾਂਦਾ। ਸਵੇਰੇ ਵੀ ਇੱਦਾਂ ਦਾ ਇੱਕ ਗੜਬੜ ਜਿਹੀ ਹੋ ਗਈ। ਇੱਕ ਨੇ ਮੈਨੂੰ ਕੈਨੇਡਾ ਤੋਂ ਫੋਨ ਕੀਤਾ, ਕਿਸੇ ਨੇ, ਉਹ ਕੇਰਲਾ ਦੀ ਸੀ, ਮੈਂ ਪੰਜਾਬ ਦਾ ਸੀ। ਸ਼ਾਇਦ ਕਵਰੇ ਦਾ ਮੁੱਛਾ ਉੱਚਾ ਦੇਖ ਕੇ ਲੱਗਦਾ ਕਿ ਕੇਰਲਾ ਦਾ ਹੀ ਹੈ, ਲੱਗਦਾ ਹੈ। ਇੱਕ ਦਿਨ ਮੈਨੂੰ ਫੋਨ ਆਇਆ, ਤੋ ਚਲੋ ਇੱਥੇ ਰਜੀਵ ਇੱਥੇ ਸੀ ਮੇਰੇ ਕੋਲ, ਪਹਿਲਾਂ ਤੁਹਾਨੂੰ ਮੈਨੂੰ ਸੋਚਿਆ ਕੇਰਲਾ ਦਾ ਹੈ, ਉਹ ਮੈਨੂੰ ਕਹਿੰਦਾ ਅੰਡਰ ਵੰਡਰ 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 ਵੰਡਰ। ਮੈਂ ਕਿਹਾ ਯਾਰ ਮੈਂ ਕੀ ਕਹਾਂ। ਫਿਰ ਉਹਨੇ ਦੇਖਿਆ ਇਹ ਸਮਝਦਾ ਨਹੀਂ, ਫਿਰ ਉਹ ਇੰਗਲਿਸ਼ 'ਚ ਸ਼ੁਰੂ ਹੋ ਗਿਆ। ਮੈਂ ਕਿਹਾ ਯਾਰ ਫਿਰ ਪਵਾੜਾ ਪੈ ਗਿਆ, ਕਿਉਂਕਿ ਇਹ ਵੀ ਪ੍ਰੋਬਲਮ ਆ। ਉਹ ਇੰਨਾ ਫਾਸਟ ਬੋਲੇ, ਮੈਂ ਇਹਨੂੰ ਕਿਹਾ ਬ੍ਰਦਰ ਆਈ ਨੋ ਅੰਡਰਸਟੈਂਡ ਇੰਗਲਿਸ਼, ਅੰਡਰਸਟੈਂਡ ਹਿੰਦੀ, ਓਨਲੀ ਪੰਜਾਬੀ। ਓਕੇ ਕਹਿੰਦਾ, ਮੈਂ ਕਿਹਾ ਵਨ ਮਿੰਟ। ਮੈਂ ਰੋਕਿਆ, ਮੈਂ ਰਜੀਵ ਨੂੰ ਆਵਾਜ਼, ਰਜੀਵ ਆ ਗਿਆ। ਰਜੀਵ ਮੈਂ ਕਿਹਾ ਯਾਰ ਇਹਨਾਂ ਗੱਲ ਕਰ, ਹੈ ਨਾ। ਉਹ ਫਿਰ ਉਹਨਾਂ ਗੱਲ ਕੀਤੀ। ਸਵੇਰੇ ਵੀ ਇਹੀ ਪਰੇਸ਼ਾਨੀ ਆ ਗਈ। ਇੱਕ ਸਿਸਟਰ ਨੇ ਫੋਨ ਕੀਤਾ, ਉਹ ਕਿਤੇ ਮਾਤਾ ਜੀ ਨੂੰ ਚੂਮਰ ਸਿਰ 'ਚ ਸੀ, ਅਤੇ ਉਹਨੇ ਮੈਨੂੰ ਇਹੀ ਗੱਲ ਕਹੀ ਕਿ ਇੱਦਾਂ ਮੇਰੇ ਮਦਰ ਸਿਰ 'ਚ ਟਿਊਮਰ ਆ, ਬਿਮਾਰ ਆ ਮੈਂ, ਹੈ ਨਾ। ਅਤੇ ਮੈਨੂੰ ਉਹਨੇ ਪੁੱਛ ਲਿੱਤਾ ਇੰਗਲਿਸ਼ ਸਮਝਦੇ ਹੋ? ਮੈਂ ਕਿਹਾ ਨਾ। ਕਹਿੰਦਾ ਹਿੰਦੀ ਅੰਡਰਸਟੈਂਡ? ਮੈਂ ਕਿਹਾ ਹਿੰਦੀ ਸਟੈਂਡ। ਉਹਨੂੰ ਵਿਚਾਰੂ ਹਿੰਦੀ ਨਹੀਂ ਸੀ, ਮੈਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ, ਉਧਰ ਵੀ ਕੇਰਲਾ ਸੀ। ਮੈਂ ਨਾ ਫਿਰ ਵੀ ਉਹਨੂੰ ਮੈਂ ਨਾ ਗੱਲ ਕੀਤੀ, ਅਤੇ ਉਹਦੇ ਲਈ ਮੈਂ ਪ੍ਰੇਅਰ ਕੀਤੀ ਕਿ ਉਹਨੇ ਟਿਊਮਰ। ਮੈਂ ਕੁੜੀ ਨੂੰ ਕਿਹਾ ਆਪਣੇ ਸੋਨ, ਮੈਂ ਕਿਹਾ ਯਾਰ ਤੂੰ ਜਿੰਨਾ ਕਿ ਇਹਨੂੰ ਆਉਂਦਾ ਸੀ ਉਨਾ ਕਿ ਮੈਨੂੰ ਆਉਂਦਾ ਸੀ। ਇਹਨੇ ਵੀ ਉਹਨੂੰ ਮਾੜੇ ਦੁੱਖ ਜਵਾਬ 'ਤੇ ਮੈਂ ਇਹਨੂੰ ਕਿਹਾ, ਕਹਿੰਦੀ ਉਹਨੇ ਕਿਹਾ ਪ੍ਰੇਅਰ ਮੇਰੇ ਲਈ ਕਰ ਦਿਉ, ਉਹਨਾਂ ਪ੍ਰੇਅਰ ਕਰ ਦਿਉ ਸਾਡੀ ਮਾਤਾ ਜੀ ਲਈ। ਇੰਗਲਿਸ਼ 'ਚ ਕਿਹਾ ਉਹਨੂੰ ਸਿਰ 'ਚ ਟਿਊਮਰ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪ੍ਰਭੂ ਦੇ ਵਿੱਚ ਮੈਂ ਜਿਉਂਦੀ ਚਿੱਠੀ ਹਾਂ। ਉਹਨੇ ਮੈਨੂੰ ਪਤਾ ਨਹੀਂ ਪੰਜਾਬੀ 'ਚ ਉਹਨੇ ਨੈੱਟ ਖੁੱਲ੍ਹ ਕੇ ਕਿੱਦਾਂ ਉਹਨੇ ਫੇਸਬੁੱਕ 'ਤੇ ਮੈਨੂੰ ਦੇਖਿਆ। ਮੈਂ ਇਹ ਦੱਸ ਮੈਂ ਤਾਂ ਪੰਜਾਬੀ 'ਚ ਪ੍ਰਚਾਰ ਉਹਨੂੰ ਕਿੰਨੀ ਕੁ ਸਮਝਿਆ, ਪਰ ਉਹਨੂੰ ਇਹ ਸਮਝ ਆ ਗਈ ਹੁਣੀ ਆ ਕਿ ਇਹ ਬੰਦਾ ਆਤਮਾ 'ਚ ਕੀ ਕਰ ਰਿਹਾ, ਪ੍ਰੇਅਰ ਕਰ ਰਿਹਾ। ਉਹ ਇਹ ਸਮਝ ਗਈ ਹੋਣੀ ਕਿ ਲੋਕਾਂ ਨੂੰ ਟੱਚ ਕਰ ਰਿਹਾ, ਲੋਕ ਚੰਗੇ ਹੋ ਰਹੇ ਆ, ਲੋਕ ਹੈ ਨਾ ਗਿਰ ਗਏ ਆ ਲੋਕ ਪ੍ਰੇਅਰ ਦੇ ਵਿੱਚ, ਹੈ ਨਾ। ਉਹਨੂੰ ਮੈਂ ਦੇਖਿਆ, ਉਹਨੇ ਫਿਲਮਾਂ ਚੈੱਕ ਕੀਤੀਆਂ, ਤਾਂ ਉਹਨੇ ਦੇਖਿਆ ਕਿ ਉਹਨੇ ਮੈਨੂੰ ਜਿੰਨਾ ਕਿਹਾ ਸੀ ਉਹਦੇ ਲਈ ਪ੍ਰੇਅਰ ਕਰਤੀ। ਮੇਰੇ ਭੈਣ ਭਰਾਓ, ਮੈਂ ਇਹ ਕਹਿਣਾ ਚਾਹੁੰਦਾ ਤੁਹਾਨੂੰ ਮਸੀਹ ਵਿੱਚ ਕਿ ਲੋਕ ਸਾਨੂੰ ਪੜ੍ਹਦੇ ਆ, ਆਪਣੀ ਤਸਵੀਰ ਬਾਈਬਲ ਰੋਮੀਆਂ ਦੇ ਖਾਦੇ ਮੁਤਾਬਕ ਅੰਨੇ ਜਾਤੀਆਂ 'ਚ ਬਰਕਰਾਰ ਰੱਖੋ, ਤਾਂ ਕਿ ਬਾਈਬਲ ਕਹਿੰਦੀ ਤੁਹਾਡੇ ਭਲੇ ਕੰਮ ਦੇਖ ਕੇ ਉਹ ਤੁਹਾਡੇ ਪਰਮੇਸ਼ਰ ਦੀ ਕੀ ਕਰਨ? ਵਡਿਆਈ ਕਰਨ। ਪੱਥਰ ਦੇ ਖੱਚ ਕੇ ਲਿਖਿਆ, ਕਹਿੰਦਾ ਉਹ ਤੁਹਾਡੇ ਕੰਮਾਂ ਨੂੰ ਦੇਖ ਕੇ ਲੋਕ ਪਰਮੇਸ਼ਰ ਦੇ ਨਾਮ ਦੀ ਕੀ ਕਰਦੇ ਆ? ਨਿੰਦਾ ਕਰਦੇ ਆ। ਇਸ ਨਵੇਂ ਸਾਲ 'ਚ ਆਪਣੇ ਖੁਦਾ ਦੀ ਨਿੰਦਾ ਕਰਾਉਣੀ ਆ ਕਿ ਜਲਾਲ ਦਿਵਾਉਣਾ ਹੈ? ਤਸਵੀਰ ਸਹੀ ਰੱਖੋ, ਲੋਕ ਤੁਹਾਨੂੰ ਪੜ੍ਹਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਲੋਕ ਸਾਨੂੰ ਪੜ੍ਹਦੇ, ਪਰ ਲੋਕ ਤੁਹਾਨੂੰ ਪੜ੍ਹਦੇ। ਤੁਹਾਡੇ ਗੁਆਂਢੀ ਦੂਰੋਂ ਦੇਖ ਕੇ ਕਹਿੰਦੇ, ਤੁਹਾਨੂੰ ਦੇਖ ਲੈਂਦੇ ਕੌਣ ਹੈ, ਕੀ ਕੌਣ ਇਹਨਾਂ ਦੇ ਘਰ ਆਇਆ, ਕੌਣ ਗਿਆ, ਕੌਣ ਆਉਂਦਾ। ਤੁਹਾਨੂੰ ਸਾਨੂੰ ਨਹੀਂ ਪਤਾ ਹੁੰਦਾ, ਪਰ ਲੋਕ ਬੜੀ ਦੂਰ ਤੱਕ ਨਿਗਾਹ ਰੱਖਦੇ। ਅਸੀਂ ਜਿਉਂਦੀ ਚਿੱਠੀ ਹਾਂ ਅਤੇ ਲੋਕ ਸਾਨੂੰ ਪੜ੍ਹਦੇ ਹਨ, ਅਤੇ ਕੋਈ ਪੜ੍ਹ ਲਵੇ ਅਤੇ ਉਹਦਾ ਜੀਵਨ ਕੀ ਹੋ ਜਾਏ? ਬਦਲ ਜਾਏ। ਠੀਕ ਆ। ਇਸ ਕਰਕੇ ਮੇਰੀ ਇਹ ਬੇਨਤੀ ਆ ਮਸੀਹ ਵਿੱਚ, ਇਸ ਨਵੇਂ ਸਾਲ ਦੇ ਵਿੱਚ ਆਪਣੀ ਤਸਵੀਰ ਨੂੰ ਠੀਕ ਰੱਖੀਏ। ਜਿਲ੍ਹਾ ਤੁਹਾਨੂੰ ਜਿਹੜਾ ਵੀ ਕੋਈ ਪੜ੍ਹੇ, ਜਿਹੜਾ ਵੀ ਪੜ੍ਹੇ, ਉਹ ਖਿੱਚਿਆ ਚੱਲਿਆ ਹੈ। ਸਾਮਰੀ ਔਰਤ ਨੂੰ ਪੜ੍ਹ ਲਿੱਤਾ ਅਤੇ ਲੋਕ ਖਿੱਚੇ ਕੀ ਆ? ਖਿੱਚੇ ਚੱਲਿਆ ਹੈ। ਬਾਈਬਲ ਇੱਦਾਂ ਹੀ ਕਹਿੰਦੀ, ਯੋਹਨਾ ਜਿਉਂਦੀ ਚਿੱਠੀ ਸੀ, ਯੋਹਨਾ ਨਬੀ ਬੋਸ਼ਕਤਾ, ਉਹਨੂੰ ਲੋਕਾਂ ਨੇ ਪੜ੍ਹ ਲਿਆ। ਉਹਨੇ ਕੋਈ ਚਮਤਕਾਰ ਨਹੀਂ ਕੀਤਾ, ਕਿਸੇ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ, ਲੇਕਿਨ ਲੋਕ ਉਹਦੇ ਕੋਲ ਬਸਮਾ ਲੈਣ ਆ ਰਹੇ ਸੀ। ਉਹਨੇ ਪ੍ਰਚਾਰ ਕੀਤਾ, ਲੋਕਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਯਰਦਾ ਨਹੀਂ ਤੇ ਲੋਕ ਉਸ ਕੋਲ ਬਸਮਾ ਲੈਂਦੇ ਸੀ, ਸਿਰਫ ਪ੍ਰੀਚਿੰਗ ਦੁਆਰਾ।
ਉੱਤੇ ਉਹਨੇ ਇੱਕ ਬੜੀ ਗਲਤ ਗੱਲ ਕਹੀ। ਗਲਤ ਦਾ ਮਤਲਬ ਕਿ ਬੜੀ ਕੌੜੀ ਸ਼ਬਦ ਕਹਿ ਕੇ ਲੋਕਾਂ ਦੇ ਮਨ ਦਿਲ ਛਿਦਬ ਗਏ ਕਿ ਨਹੀਂ। ਕਹਿੰਦਾ ਸੱਪ ਦੇ ਬੱਚਿਓ, ਤੁਹਾਨੂੰ ਕਿਹਨੇ ਕਹਿਤਾ ਕਿ ਤੁਸੀਂ ਬੈਪਟਾਈਜ਼ ਹੋ ਜਾਓ? ਅਤੇ ਜੇ ਤੁਹਾਡੇ ਵਰਗਾ ਕੋਈ ਵਿਸ਼ਵਾਸੀ ਹੁੰਦਾ ਤਾਂ ਉਹਨੇ ਚਲੇ ਜਾਣਾ ਸੀ। ਉਹਨੇ ਕਹਿਣਾ ਮੈਂ ਹੋਰ ਕਿਤੋਂ ਲੈ ਲੈਣਾ, ਭਾਰੀ ਸਾਨੂੰ ਤਾਂ ਬੋਲਣ ਦੀ ਅਕਲ ਨਹੀਂ। ਇਹ ਬੱਚਿਆ ਨਹੀਂ, ਇਹਦਾ ਜੀਵਨ ਹਾਲੇ ਤੱਕ ਮਨ ਫਿਰਿਆ ਨਹੀਂ। ਜਿਹਦਾ ਮਨ ਫਿਰ ਜਾਵੇ ਉਹਨੂੰ ਕੋਈ ਕੁਛ ਵੀ ਕਵੇ, ਉਹ ਕਹਿੰਦੇ ਮੈਨੂੰ ਕੁਛ ਵੀ ਕਹੋ, ਮੈਂ ਯਸ਼ਮ ਸਿੰਘ ਨਾਲ ਚੱਲਣਾ ਆ। ਪਤਾ ਕਿਉਂ? ਉਹ ਕਰੰਥੀਆਂ 13 ਚੈਪਟਰ ਬਣ ਗਿਆ ਹੈ। ਛਿਉਂ ਦੀ ਚਿੱਠੀਆਂ ਨੂੰ ਲੋਕ ਪੜ੍ਹਦੇ ਹਨ। ਨੋਚ ਨੋਚ ਮਾ ਸਿਖਾਂਦਾ ਬਲੀਸ, ਉਹ ਜਿਹੜਾ ਯਸੂ ਨਾਸਰੀ ਦਾ ਸ਼ਰੀਕੇ, ਜਿਹੜਾ ਨਾਸਰੀ ਯਸੂ ਦਾ ਸ਼ਰੀਕੇ, ਪਹਿਚਾਨ ਜਿੰਦੀ ਗਿਦੀ ਚਿੱਠੀਏ, ਹੱਥ ਜੋੜ ਕੇ ਆਖੀਨੀ ਸਲਾਮ ਚਿੱਠੀਏ, ਨੀ ਅੱਖੀ ਤੈਨੂੰ ਯਾਦ ਕਰਦਾ ਯਾਦ ਕਰਦਾ, ਨੀ ਅੱਖੀ ਤੈਨੂੰ ਯਾਦ ਕਰਦਾ, ਜਿੰਦਾ ਖਤ ਮੈਨੂੰ ਯਸੂ ਤੂੰ ਬਣਾ ਵੀ ਤੂੰ, ਮੋਰ ਪਾ ਕਰੂ ਦੀ ਮੱਥੇ ਉੱਤੇ ਲਾਵੇ ਤੂੰ। ਇਦਾਂ ਕਹਿਣਾ ਪਰਮੇਸ਼ਰ ਨੂੰ, ਇਹ ਸਾਲ ਜ਼ਿੰਦਾ ਖੱਤ ਖੁਦਾ ਤੇਰੇ ਪ੍ਰਕਾਸ਼ ਨਾਲ ਲਿਖ ਹੋ ਜਾਏ ਅਤੇ ਲੋਕ ਮੈਨੂੰ ਪੜ੍ਹਨ। ਜਿਹੜਾ ਮੈਨੂੰ ਪੜ੍ਹੇ ਆਏ ਖੁਦਾ ਮਨ ਉਹਦਾ ਫਿਰ ਜਾਏ ਯਿਸੂ ਮਸੀਹ ਤੇਰੇ ਨਾਮ ਚ। ਜ਼ਿੰਦਾ ਖੱਤ ਮੈਨੂੰ ਯਸੂ ਬਣਾ ਵੀ ਤੂੰ, ਮਾਰ ਪਾ ਕਰੂ ਦੀ ਮੱਥੇ ਉੱਤੇ ਲਾਵੇ ਤੂੰ, ਮਾਰ ਪਾ ਕਰੂ ਦੀ ਮੱਥੇ ਉੱਤੇ ਲਾਵੇ ਤੂੰ, ਅੱਖੀ ਯਸੂ ਨੂੰ ਤੇਰਾ ਹਗਲਾ ਚਿੱਠੀਏ, ਅੱਖੀ ਯਸੂ ਨੂੰ ਤੇਰਾ ਏ ਗੁਲਾਮ ਚਿੱਠੀਏ, ਹੱਥ ਜੋੜ ਕੇ ਅੱਖੀ ਨੀ ਸਲਾਮ ਚਿੱਠੀਏ, ਨੀ ਅੱਖੀ ਤੈਨੂੰ ਯਾਦ ਕਰਦਾ ਨੀ ਯਾਦ ਕਰਦਾ, ਨੀ ਅੱਖੀ ਤੈਨੂੰ ਯਾਦ ਕਰਦਾ ਨੀ ਯਾਦ ਕਰਦਾ, ਨੀ ਅੱਖੀ ਤੈਨੂੰ ਯਾਦ ਕਰਦਾ। ਪਰਮੇਸ਼ਵਰ ਨੂੰ ਮਹਿਮਾ ਮਿਲੇ। ਅੱਜ ਮੇਰਾ ਬਹੁਤ ਸਿੰਪਲ ਜਿਹਾ ਮੈਸੇਜ ਸੀ ਤੁਹਾਨੂੰ ਕਿ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਮਝੋ ਕਿ ਇਸ ਨਵੇਂ ਸਾਲ ਵਿੱਚ ਲੋਕ ਤੁਹਾਨੂੰ ਪੜ੍ਹਨ। ਜਿਹੜਾ ਪੜ੍ਹ ਲਵੇ ਉਹਦਾ ਜੀਵਨ ਤੁਹਾਨੂੰ ਦੇਖ ਕੇ ਕੀ ਹੋ ਜਾਏ, ਬਦਲ ਜਾਏ। ਪਰਮੇਸ਼ਵਰ ਇਹ ਚਾਹੁੰਦਾ ਆ। ਗ੍ਰੰਥੀਆਂ ਦੇ ਖਾਤੇ ਲਿਖਿਆ ਤੁਸੀਂ ਹੱਥਾਂ ਦੇ ਨਾਲ ਨਹੀਂ, ਯਸੂ ਦੇ ਲਹੂ ਨਾਲ ਲਿਖੀਆਂ ਚਿੱਠੀਆਂ ਆ। ਇਹ ਗੱਲ ਯਾਦ ਰੱਖਣੀ ਡੇਲੀ ਰੋਜ਼ ਕਿ ਪ੍ਰਭੂ ਮੈਂ ਤੇਰੀ ਚਿੱਠੀ ਹਾਂ, ਜਦੋਂ ਮੈਂ ਘਰ ਤੋਂ ਨਿਕਲਾਂ ਮੈਨੂੰ ਲੋਕ ਪੜ੍ਹਨ ਅਤੇ ਖੁਦਾਵਨ ਤੇਰਾ ਪ੍ਰਕਾਸ਼ਨ ਜਿਹੜਾ ਮੇਰੇ ਉੱਤੇ ਉਹਦੇ 'ਤੇ ਆ ਜਾਏ, ਤਾਂ ਕਿ ਉਹ ਮੈਨੂੰ ਪੁੱਛੇ ਕਿ ਭਾਅ ਜੀ ਕਿੱਥੇ ਜਾਂਦੇ ਹੋ, ਸਿਸਟਰ ਤੁਸੀਂ ਕਿੱਥੇ ਜਾਂਦੇ ਹੋ, ਬ੍ਰਦਰ ਕਿੱਥੇ ਜਾਂਦੇ ਹੋ, ਮੈਂ ਉਹਨੂੰ ਦੱਸਾਂ ਆਹ ਤੈਨੂੰ ਮੈਂ ਲੈ ਜਾਵਾਂ। ਇਹੀ ਗੱਲ ਸਾਮਰੀ ਉੱਤੇ ਉਹਨੇ ਪ੍ਰਗਟ ਕੀਤੀ। ਜਿਲ੍ਹੇ ਗਏ ਉਹ ਕਹਿੰਦੇ ਹੁਣ ਤੇਰੀ ਜ਼ਰੂਰਤ ਨਹੀਂ, ਸਾਨੂੰ ਦੇਖ ਗਿਆ ਤੂੰ ਉਹ ਸਾਮਰੀ ਨਹੀਂ ਰਹੀ, ਤੇਰਾ ਜੀਵਨ ਕੀ ਹੋ ਚੁੱਕਾ ਆ, ਬਦਲ ਚੁੱਕਾ ਆ। ਬਦਲਿਆ ਹੋਈ ਜ਼ਿੰਦਗੀ ਦਾ ਲੋਕਾਂ 'ਤੇ ਕੀ ਪੈਣਾ ਚਾਹੀਦਾ ਹੈ, ਪ੍ਰਭਾਵ ਪੈਣਾ ਚਾਹੀਦਾ। ਆਈ ਅੱਖਾਂ ਬੰਦ ਕਰਾਂਗੇ, ਅੱਜ ਵਚਨ ਲਈ ਮੂੰਹ ਖੋਲ੍ਹ ਕੇ ਕਹੀਏ, ਖੁਦਾਵਨ ਅੱਜ ਤੇਰੇ ਰੂਹ ਨੇ ਮੈਨੂੰ ਪ੍ਰੇਰਿਆ, ਮੈਂ ਤੇਰੀ ਜਿਉਂਦੀ ਚਿੱਠੀ ਹਾਂ, ਅਤੇ ਪ੍ਰਭੂ ਜੀ ਇਹ ਕਲਾਮ ਮੇਰੇ ਦਿਲ ਦੇ ਉੱਤੇ ਹਿਰਦੇ 'ਤੇ ਨਕਸ਼ ਹੋ ਜਾਏ, ਤਾਂ ਕਿ ਇਸ ਸਾਲ ਜਿਲ੍ਹੇ ਲੋਕ ਮੈਨੂੰ ਪੜ੍ਹਨ ਅਤੇ ਪ੍ਰਭੂ ਲੋਕ ਚੱਲ ਕੇ ਆ, ਤੇਰਾ ਦਾਸ ਪੁੱਛੇ ਇਹ ਕਿਹਦੇ ਨਾਲ ਆਇਆ, ਅਤੇ ਮੈਂ ਦੱਸ ਸਕਾਂ ਇਹਨੇ ਮੈਨੂੰ ਪਾਰੀ ਸਾਹਿਬ ਪੜ੍ਹ ਲਿੱਤਾ ਹੈ, ਇਹਨੇ ਮੈਨੂੰ ਪੜ੍ਹਿਆ। ਮੇਰੇ ਭੈਣ ਭਰਾਓ, ਜਿਉਂਦੀ ਚਿੱਠੀ ਪੌਲਸ ਸੂਲ ਲੋਕਾਂ ਨੂੰ ਮਾਰਨ ਕੁੱਟਣ ਵਾਲਾ
ਮਸੀਹਾ ਨੂੰ ਅਤਿਆਚਾਰ ਕਰਨ ਵਾਲਾ ਉਹਦੀ ਜਿਉਂਦੀ ਚਿੱਠੀ ਬਣ ਗਈ ਜਿਹਨੇ 14 ਪੱਤਰੀਆਂ ਲਿਖੀਆਂ। ਅੱਜ ਸਾਰੀ ਕਲੀਸਿਆ ਉਸੇ ਪੱਤਰੀਆਂ ਦੇ ਉੱਤੇ ਹੀ ਸੱਥਰ ਆ ਮੇਰੇ ਭੈਣ ਭਰਾਓ, ਜਿਹੜੀਆਂ 14 ਪੱਤਰੀਆਂ ਹਨ ਬਾਈਬਲ ਦੀਆਂ, ਅਗਰ ਅਸੀਂ ਉਹਨੂੰ ਸਹੀ ਰੀਤੀ ਨਾਲ ਪੜ੍ਹਾਂਗੇ ਤੇ ਸਾਨੂੰ ਕਲੀਸਿਆ ਦਾ ਪ੍ਰਕਾਸ਼, ਕਲੀਸਿਆ 'ਚ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋਣਾ ਚਾਹੀਦਾ, ਸਾਨੂੰ ਚਰਚ ਬਾਰੇ ਗਿਆਨ ਹੋਏਗਾ ਕਿ ਚਰਚ ਕਹਿੰਦੇ ਕਿਹਨੂੰ ਆ। ਫਿਰ ਤੁਹਾਨੂੰ ਆਪਣੇ ਚਰਚ ਦਾ ਵੀ ਗਿਆਨ, ਸਾਡੇ ਚਰਚ ਕੀ ਕੀ ਇਸ ਪੱਤਰੀਆਂ ਦੇ ਮੁਤਾਬਕ ਚੱਲ ਰਿਹਾ ਕਿ ਆਪਣੇ ਅਕਲ ਦੇ ਨਾਲ ਚਰਚ ਚੱਲ ਰਿਹਾ। ਤੁਹਾਨੂੰ ਇਹ ਵੀ ਗਿਆਨ ਹੋਵੇਗਾ ਬਾਈਬਲ ਦਾ ਕਿ ਮੈਂ ਕੌਣ ਹਾਂ, ਜਿੱਥੇ ਤੁਹਾਨੂੰ ਲੱਭੇਗਾ ਬਾਈਬਲ 'ਚ ਕਿੱਥੇ ਕਿੱਥੇ ਜਿਉਂਦੀਆਂ ਚਿੱਠੀਆਂ ਗਈਆਂ, ਪੱਤਰ, ਯਕੂਬ, ਯੋਹਨਾ, ਅੰਦਰਿਆਸ, ਯੋਹਨਾ ਔਰ ਕਿੰਨੇ ਲੋਕ ਪ੍ਰਭੂ ਦੇ ਜਾਨ, ਸਟੀਫਨ, ਇਹ ਜਿਉਂਦੀਆਂ ਚਿੱਠੀਆਂ ਬਣ ਗਈਆਂ ਔਰ ਜਿਸ ਦੇਸ਼ 'ਚ ਗਈਆਂ ਉੱਥੇ ਲਾਹ ਨੇਰੀਆਂ ਲਿਆਤੀਆਂ ਨੇ ਫੜ ਕੇ। ਜਿਉਂਦੀ ਚਿੱਠੀ ਪੱਤਰਸ ਜਿੱਧਰ ਦੀ ਗੁਜ਼ਰ ਜਾਂਦਾ ਲੋਕ ਉਸ ਬਿਮਾਰਾਂ ਨੂੰ ਲਿਆ ਕੇ ਰੱਖ ਦਿੰਦੇ, ਉਹਨੂੰ ਪਤਾ ਇਹ ਚਿੱਠੀ ਜਿਹੜੀ ਆ ਹੀਲਿੰਗ ਕਰਦੀ ਹੈ। ਮੇਰੇ ਭੈਣ ਭਰਾਓ, ਫਿਲਪਸ ਨੂੰ ਦੇਖੀਏ, ਜਿਲ੍ਹੇ ਉਹਨੂੰ ਪੜ੍ਹਦੇ 8 ਅਧਿਆਇ 'ਚ ਲਿਖਿਆ ਉਹ ਸਾਮਰੀਆ 'ਚ ਗਿਆ, ਲੋਕਾਂ ਨੇ ਜਾਣ ਲਿਆ ਉਹਨੂੰ ਪੜ੍ਹ ਲਿਆ ਕਿ ਇਹ ਖੁਦਾ ਦਾ ਆਦਮੀ ਆ। ਅਸੀਂ ਜਿਉਂਦੀਆਂ ਚਿੱਠੀਆਂ ਆ, ਜਿੰਨੇ ਚੇਲੇ ਜਿੱਥੇ ਇੱਥੇ ਗਏ ਜਿਉਂਦੀਆਂ ਚਿੱਠੀਆਂ ਸੀ ਯਸੂ ਮਸੀਹ ਦੀਆਂ। ਪੱਤਰਸ ਇਨਕਾਰ ਵੀ ਕਰ ਗਿਆ, ਉਹ ਕਹਿੰਦੀ ਨਹੀਂ ਤੂੰ ਜਿਉਂਦੀ ਚਿੱਠੀ ਆ, ਖੁਦਾਬੰਦੀ ਤੂੰ ਖੁਦਾ ਦੇ ਨਾਲ ਰਿਹਾ ਆ। ਉਹ ਕਹਿੰਦਾ ਮੈਂ ਨੇਰੀਆਂ, ਕਹਿੰਦੇ ਤੇਰੀ ਭਾਸ਼ਾ ਤੋਂ ਮੈਂ ਪੜ੍ਹ ਲਿਆ, ਤੇਰੀ ਬੋਲੀ ਤੋਂ ਲੱਗਦਾ ਤੂੰ ਉਹਦੇ ਨਾਲ ਰਿਹਾ ਆ। ਸਾਡੇ ਬੋਲਣ ਤੋਂ ਹੀ ਪਤਾ ਲੱਗਦਾ ਸੀ ਕੌਣ ਹਾਂ, ਕਿਹੜੀ ਚਿੱਠੀ, ਸ਼ੈਤਾਨ ਦੀ ਜਾਂ ਆਪਣੇ ਖੁਦਾ ਯਸੂ ਮਸੀਹ ਦੀ। ਆਪਣੀ ਅਤੇ ਆਪਣੀ ਤਾਲੀਮ ਨੂੰ ਦੇਖੋ ਅਸੀਂ ਕੌਣ ਹਾਂ। ਲੋਕ ਤੁਹਾਨੂੰ ਪੜ੍ਹਦੇ ਹਨ, ਜਿਸ ਦਫ਼ਤਰ 'ਚ ਕੰਮ ਕਰਦੇ ਤੁਹਾਡਾ ਪ੍ਰਭਾਵ ਪੈਣਾ ਚਾਹੀਦਾ ਉੱਥੇ ਕਿ ਇਹ ਖੁਦਾ ਦੀ ਬੇਟੀ ਹੈ, ਇਹ ਖੁਦਾ ਦਾ ਬੇਟਾ ਯਸੂ ਮਸੀਹ ਨੂੰ ਮੰਨਦਾ। ਉਹ ਤੇਰਾ ਚਰਿੱਤਰ ਦੇਖ ਕੇ ਤੈਨੂੰ ਕਹੇ ਮੈਂ ਯਸੂ ਮਸੀਹ ਨੂੰ ਕਬੂਲ ਕਰਨਾ, ਮੈਂ ਆਪਣੇ ਪਾਪਾਂ ਦੀ ਮਾਫ਼ੀ ਮੰਗਣਾ ਚਾਹੁੰਦਾ। ਇਹੋ ਜਿਹੇ ਬਹੁਤ ਘੱਟ ਵਿਸ਼ਵਾਸੀ ਮਿਲਦੇ ਹਨ। ਬੱਚੇ ਤਾਂ ਉਸ ਵੇਲੇ ਲੋਕ ਬਹੁਤ ਸੀ ਯਸੂ ਸਮੇਂ 'ਤੇ, ਪਰ ਬਾਈਬਲ ਕਹਿੰਦੀ ਜਿਉਂਦੀਆਂ ਚਿੱਠੀਆਂ ਸਾਰੀਆਂ ਨਹੀਂ ਸੀ, ਜਿਉਂਦੀਆਂ ਚਿੱਠੀਆਂ ਜਿਹੜੇ ਚੇਲੇ ਬਣੇ ਉਹਨੇ ਦੇਸ਼ ਨੂੰ ਹਿਲਾਇਆ। ਅੱਜ ਵੀ ਉਹੀ ਹਿਲਾਉਣਗੇ ਜਿਹੜੀਆਂ ਜਿਉਂਦੀਆਂ ਚਿੱਠੀਆਂ ਆਉਂਦੀਆਂ, ਬਾਕੀ ਸਾਰੇ ਫੋਕਟ ਵਿੱਚ ਆ। ਉਹਨਾਂ ਦੇ ਇਕੱਲੇ ਆਉਂਦੇ ਅਤੇ ਇਕੱਲੇ ਚਲੇ ਜਾਣਗੇ, ਕਿਉਂਕਿ ਲੋਕ ਉਹਨਾਂ ਨੂੰ ਪੜ੍ਹਦੇ ਹਨ, ਉਹਨਾਂ ਦੀ ਫੈਮਿਲੀ ਨੂੰ ਵੀ ਲੋਕ ਪੜ੍ਹਦੇ ਹਨ ਕਿ ਇਹ ਕੀ ਹਨ। ਆਪਣੇ ਮਨ 'ਚ ਇਹ ਗੱਲ ਕਹੀਏ, ਪ੍ਰਭੂ ਮੈਂ ਤੇਰੀ ਜਿਉਂਦੀ ਚਿੱਠੀ ਬਣ ਕੇ ਜੀਣਾ ਚਾਹੁੰਦੀ, ਜਿੰਦਾ ਖਤ ਮੈਨੂੰ ਯਸੂ ਤੂੰ ਬਣਾਵੀਂ, ਤੂੰ ਮੋਰ ਪਾਖਰੂ ਦੀ ਮੱਥੇ ਉੱਤੇ ਲਾਵੀਂ, ਤੂੰ ਮੈਂ ਤੇਰਾ ਜਿਉਂਦੀ ਤੇਰੀ ਪੱਤਰੀ ਬਣ ਕੇ ਜੀਣਾ ਚਾਹੁੰਦੀ ਹਾਂ। ਆਈ ਖੁਦਾ ਮੇਰੇ 'ਤੇ ਦਿਆ ਕਰ, ਇਹ ਨਿਆ ਸਾਲ ਲੋਕ ਮੈਨੂੰ ਪੜ੍ਹਨ ਅਤੇ ਪ੍ਰਭੂ ਮੈਂ ਕਹਿ ਸਕਾਂ ਪੁਲਪਟ 'ਤੇ ਆ ਕੇ ਆਹ ਸਿਸਟਰ ਇਹ ਪਰਿਵਾਰ ਮੇਰੇ ਨਾਲ ਆਇਆ ਅਤੇ ਮੈਂ ਉਹਦਾ ਦਾਸ ਕਹਿ ਸਕਾਂ ਕਿ ਇਹ ਜਿਉਂਦੀ ਚਿੱਠੀ ਆ ਜਿਹਨੂੰ ਦੇਖ ਕੇ ਲੋਕ ਇਹਦੇ ਨਾਲ ਆਏ ਆ, ਇਹਨੂੰ ਪੜ੍ਹ ਲਿਆ, ਉਹਦਾ ਖਾਸਾ ਪ੍ਰਭਾਵ ਪਵੇ ਅਤੇ ਫਿਰ ਤੁਸੀਂ ਮਸੀਹ ਵਿੱਚ ਹੋ, ਫਿਰ ਮਸੀਹ ਤੁਹਾਡੇ ਵਿੱਚ ਆ। ਬਾਈਬਲ ਇਸ ਤਰ੍ਹਾਂ ਕਹਿੰਦੀ। ਆਈਏ ਹੱਥ ਚੱਕ ਕੇ ਇਹਦੇ ਵਚਨ ਲਈ ਧੰਨਵਾਦ ਕਰਾਂਗੇ। ਪ੍ਰਭੂ ਤੂੰ ਮੇਰੇ ਨਾਲ ਗੱਲ ਕੀਤੀ, ਅੱਜ ਮੈਂ ਕੌਣ ਹਾਂ,